महक बसेगी सांसों में चमकाएगी आएगी आँखों में इश्क तड़का लग जाएगा हुनर का दीपक जग जाएगा हर पल नई कहानी ये रेडियो वाणी धुन हो नई पुरानी ये रेडियो वाणी आपके शहर का अपना रेडियो स्टेशन यहीं है आपके एंटरटेनमेंट का पूरा इंतजाम सुबह चार बजे से रात दस बजे तक ट्यून इन कीजिए और जुड़े रहिए हमारे साथ हर पल वी डब्ल्यू एस नाइनटी पॉइंट एट एफ रेडियो इट्स स्पाइसी वी डब्ल्यू एस नाइनटी पॉइंट एट विवेकानंद वर्ल्ड स्कूल दे रेडियो तो थोड़ा स्वागत है आज करमवीर प्रोग्राम के दौरान मैं डॉक्टर रुद्रा तो मेरे नाल बहुत सारे विद्यार्थी ਵਾਰਤਲਾਪ ਕਰਨਗੇ ਸਾਡੇ ਵਿਸ਼ੇਸ਼ అతిథੀ ਨਾਲ ਜਿਨ੍ਹਾਂ ਦਾ ਨਾਮ ਹੈ ਸ਼੍ਰੀ ਸ਼ਲੇਂਦਰ ਕੁਮਾਰ ਲੜੋਇਆ ਜੀ ਜਿਹੜੇ ਕਿ ਫਿਰੋਜ਼ਪੁਰ ਫਾਊਂਡੇਸ਼ਨ ਦੇ ਸੰਸਥਾਪਕ ਹਨ ਤੇ ਅੱਜਕਲ ਉਹਦੇ ਡਾਇਰੈਕਟਰ ਹਨ ਫਿਰੋਜ਼ਪੁਰ ਫਾਊਂਡੇਸ਼ਨ ਲੰਗਰ ਸੇਵਾ ਸੁਸਾਇਟੀ ਦੇ ਨਾਂ ਤੇ ਵੀ ਬੜੀ ਮਸ਼ਹੂਰ ਹੈ ਇਹਨਾਂ ਤੋਂ ਹੀ ਪੁੱਛਦਿਆਂ ਕਿ ਇਹਨਾਂ ਦਾ ਇਹ ਸਾਰਾ ਸਫ਼ਰ ਕਿਵੇਂ ਰਿਹਾ ਤੇ ਕੀ ਕੀ ਇਹਨਾਂ ਨੇ ਚੈਲੰਜਸ ਫੇਸ ਕੀਤੀਆਂ ਤੇ ਕਿਵੇਂ ਇੱਕ ਬਹੁਤ ਵੱਡੇ ਪਦਰ ਤੇ ਇਹ ਅੱਜ ਲੰਗਰ ਸੇਵਾ ਕਰ ਰਹੇ ਨੇ ਮੇਰਾ ਨਾਮ ਤੇਂਦਰਪਾਲ ਹੈ ਮੈਂ ਵਿਵੇਕਾਨੰਦ ਵਰਲਡ ਸਕੂਲ ਨੋਮੀ ਜਮਾਤ ਦਾ ਵਿਦਿਆਰਥੀ ਅੱਜ ਮੇਰਾ ਤੁਹਾਡੇ ਤੋਂ ਜਿਹੜਾ ਪਹਿਲਾ ਸਵਾਲ ਹੈ ਕਿ ਤੁਸੀਂ ਐਨਜੀਓ ਫਿਰੋਜ਼ਪੁਰ ਫਾਊਂਡੇਸ਼ਨ ਜਿਸ ਦਾ ਨਾਮ ਲੰਗਰ ਫਿਰੋਜ਼ਪੁਰ ਸੇਵਾ ਲੋਕਾਂ ਦੇ ਵਿੱਚ ਬਹੁਤ ਪ੍ਰਚਲਿਤ ਹੈ ਇਸ ਦੀ ਸ਼ੁਰੂਆਤ ਤੁਸੀਂ ਕਦੋਂ ਕੀਤੀ ਸੀ ਹਾਂਜੀ ਨਮਸਕਾਰ ਤੇਂਦਰਪਾਲ ਜੀ ਤੇ ਮੈਂ ਪਹਿਲੇ ਤਾਂ ਵਿਵੇਕਾਨੰਦ ਵਰਡ ਸਕੂਲ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਇੰਨੇ ਵੱਡੇ ਆਪਣੇ ਪਲੇਟਫਾਰਮ ਦੇ ਉੱਤੇ ਸਾਨੂੰ ਮੌਕਾ ਦਿੱਤਾ ਕਿ ਅਸੀਂ ਫਿਰੋਜ਼ਪੁਰ ਫਾਊਂਡੇਸ਼ਨ ਦਾ ਮੋਡ ਆਫ ਵਰਕਿੰਗ ਦੱਸ ਕੀ ਹੈ ਜਿਹੜਾ ਕਿ ਵਿਦੇਸ਼-ਵਿਦੇਸ਼ ਦੇ ਸ਼ਰੋਤਾਵਾਂ ਤੱਕਨ ਪਹੁੰਚ ਪਾਏਗਾ ਤੇ ਅ ਤਰਿੰਦਰ ਇਹ ਅਸੀਂ 2019 ਦੇ ਵਿੱਚ ਸਟਾਰਟ ਕੀਤੀ ਸੀਗੀ ਤੇ ਜਿਹੜੀ ਇਹਦੀ ਅਸੀਂ ਫਿਰੋਜ਼ਪੁਰ ਫਾਊਂਡੇਸ਼ਨ ਦੀ ਰਜਿਸਟ੍ਰੇਸ਼ਨ ਆ ਉਹ 2020 ਦੇ ਵਿੱਚ ਅਸੀਂ ਕਰਵਾਈ ਸੀਗੀ ਓਕੇ ਸਰ ਤੇ ਇਹ ਉਦੋਂ ਤੋਂ ਚੱਲ ਰਹੀ ਹੈ ਇਹ ਸੰਸਥਾ ਜਿਹੜੀ ਹੈ ਦਿਨ ਚ ਚਾਰ ਵਾਰੀ ਆਪਣੇ ਲੰਗਰ ਦੀ ਸੇਵਾ ਇਹ ਜ਼ਰੂਰਤਵੰਦਾਂ ਤੱਕਨ ਪਹੁੰਚਾਉਂਦੀ ਹੈ ਸਰ ਮੈਂ ਚਰਨਜਤ ਕੌਰ ਵਿਵੇਕਾਨੰਦਾ ਵਰਲਡ ਸਕੂਲ ਤੋਂ 12ਵੀਂ ਜਮਾਤ ਦੀ ਵਿਦਿਆਰਥਣ ਤੇ ਮੇਰਾ ਸਵਾਲ ਤੁਹਾਡੇ ਤੋਂ ਇਹ ਹੈ ਕਿ ਇਹ ਐਨਜੀਓ ਫਿਰੋਜ਼ਪੁਰ ਫਾਊਂਡੇਸ਼ਨ ਜਿਹਨੂੰ ਲੋਕ ਫਿਰੋਜ਼ਪੁਰ ਲੰਗਰ ਸੇਵਾ ਦੇ ਨਾਮ ਤੋਂ ਜਾਣਦੇ ਹੈ ਇਹ ਕੀ ਕੀ ਕੰਮ ਕਰ ਰਹੀ ਹੈ ਹਾਂਜੀ ਨਮਸਕਾਰ ਬੇਟਾ ਜੀ ਇਹ ਐਨਜੀਓ ਕਾਫੀ ਸਾਰੇ ਪ੍ਰੋਜੈਕਟਸ ਕਰਦੀ ਹੈ ਜਿਹੜਾ ਇਹਦਾ ਮੇਨ ਪ੍ਰੋਜੈਕਟ ਹੈਗਾ ਇਹਦਾ ਇੱਕ ਲਕਸ਼ਯਾ ਹੈ ਕਿ ਸਾਡੇ ਸ਼ਹਿਰ ਚ ਕੋਈ ਭੁੱਖਾ ਨਾ ਸੋਵੇ ਤੇ ਅਸੀਂ ਜਿਆਦਾ ਫੂਡ ਦੇ ਉੱਤੇ ਕੰਮ ਕਰਦੇ ਹਾਂ ਕਿ ਜਿਹੜਾ ਖਾਣਾ ਪ੍ਰੋਵਾਈਡ ਕਰਨਾ ਜਿਹੜੇ ਕੋਈ ਹੋਮਲੈਸ ਨੇ ਜਾਂ ਜਿਹੜੇ ਕੋਈ ਜਿਨ੍ਹਾਂ ਦੇ ਕੋਲ ਕੋਈ ਫਾਈਨੈਂਸ਼ੀਅਲ ਇਸ਼ੂਜ਼ ਹੈ ਕੋਈ ਮੈਡੀਕਲੀ ਬਿਮਾਰ ਨੇ ਜਾਂ ਕੋਈ ਹਸਪੀਟਲ ਚ ਦਾਖਲ ਨੇ ਉਹਨਾਂ ਦੇ ਅਟੈਂਡੈਂਟਸ ਨੂੰ ਇਦਾਂ ਦੇ ਲੋਕਾਂ ਨੂੰ ਅਸੀਂ ਖਾਣਾ ਪ੍ਰੋਵਾਈਡ ਕਰਦੇ ਆਂ ਤੇ ਇਹਦੀ ਲਗਭਗ ਜਿਹੜੀ ਹੈਗੀ ਹੈ ਅੱਜ ਦੀ ਤਰੀਕ ਦੇ ਵਿੱਚ ਅਸੀਂ ਲਗਭਗ ਸਾਡੇ ਲਾਭਾਰਥੀ ਨੇ ਜਿਹੜੇ 1500 ਦੇ ਆਸ-ਪਾਸ ਹੈਗੇ ਨੇ ਜਿਨ੍ਹਾਂ ਨੂੰ ਕਿਸੇ ਡੇਲੀ ਫੂਡ ਦੀਆਂ ਆਪਣੀਆਂ ਸਰਵਿਸਿਜ਼ ਦਿੰਦੇ ਆਂ ਜਿਹੜੇ ਚ ਅਸੀਂ ਸਿਵਲ ਹਸਪੀਟਲ ਸਾਡਾ ਫਸਟ ਟਾਰਗੇਟ ਰਹਿੰਦਾ ਹੈ ਜਿਹੜਾ ਕਿ ਸਵੇਰੇ 12 ਵਜੇ ਦੇ ਲਗਭਗ ਅਸੀਂ ਸਿਵਲ ਹਸਪੀਟਲ ਸੇਵਾ ਭੇਜਦੀਆਂ ਲੰਗਰ ਦੀ ਉੱਥੇ ਡਿਸਟ੍ਰਿਬਿਊਟ ਹੁੰਦਾ ਪੇਸ਼ੈਂਟਸ ਦੇ ਅਟੈਂਡੈਂਟਸ ਲਈ ਫਿਰ ਉਸ ਤੋਂ ਬਾਅਦ ਜਿਹੜਾ ਕਿ ਤੁਹਾਨੂੰ ਮੈਂ ਦੱਸਿਆ ਕਿ ਜਿਵੇਂ ਸਾਡਾ ਲਕਸ਼ ਹੈ ਕਿ ਸਾਡਾ ਸ਼ਹਿਰ ਚ ਕੋਈ ਭੁੱਖਾ ਨਾ ਸਵੇ ਉਹਨੂੰ ਟਾਰਗੇਟ ਕਰਦੇ ਹੋਏ ਅਸੀਂ ਤਿੰਨ ਲੰਗਰ ਸ਼ਾਮ ਦੇ ਲਗਾਉਣੇ ਆ ਕਿ ਰਿਪੀਟ 7:00 ਚ ਲੱਗੇ ਉਹਨ 15 ਸਤੰਬਰ ਤੋਂ ਇਹ 6:50 ਮਿੰਟ ਟਾਈਮ ਹੋ ਜਾਏਗਾ 10 ਮਿੰਟ ਐਡਵਾਂਸ ਕਰ ਦੇਗੇ ਕਿਉਂਕਿ ਆਪਾਂ ਦੇਖ ਰਹੇ ਹਾਂ ਮੌਸਮ ਚੇਂਜ ਹੋ ਗਿਆ ਨਹੀਂ ਰਾਜ ਜਲਦੀ ਹੋ ਜਾਂਦਾ ਤੇ ਅਸੀਂ ਉਹਨੂੰ 6:50 ਮਿੰਟ ਤੇ ਸਿਵਲ ਹਸਪੀਟਲ ਤੇ ਰਿਪੀਟ ਇੱਕ ਫਿਰ ਸਾਡਾ ਡਿਲੀਗੇਟ ਦੇ ਬਾਹਰ ਹੁੰਦਾ ਉਹ ਵੀ ਸੇਮ ਟਾਈਮ ਤੇ ਕੈਂਟ ਛਣੀ ਮੰਦਰ ਦੇ ਕੋਲ ਹੁੰਦਾ ਉਹ ਵੀ ਸੇਮ ਟਾਈਮ ਤੇ 6:50 ਦੇ ਸਟਾਰ ਮਤਲਬ ਕਿ ਉਹ ਅਸੀਂ ਦੋ ਸਟਾਪ ਐਕਸਟਰਾ ਕਿਉਂ ਕੀਤੇ ਹੈ ਕਿ ਬਹੁਤ ਸਾਰੇ ਲੋਕਾਂ ਦਾ ਸਾਨੂੰ ਦਿਖਣ ਚ ਆ ਰਿਹਾ ਸੀਗਾ ਕਿ ਉਹਨਾਂ ਦੀ ਰੀਚ ਸਿਵਲ ਹਸਪੀਟਲ ਤੱਕ ਨਹੀਂ ਹੋ ਪਾਰੀ ਸੀ ਤਾਂ ਫਿਰ ਅਸੀਂ ਆਪਣਾ ਜਿਹੜਾ ਇੱਕ ਟਾਰਗੇਟ ਰੱਖਿਆ ਸੀ ਕਿ ਸਾਡੇ ਸ਼ਹਿਰ ਚ ਕੋਈ ਭੁੱਖਾ ਨਾ ਹੋਵੇ ਅਸੀਂ ਉਹਨੂੰ ਪੂਰਾ ਉਹ ਮਿਸ਼ਨ ਨੂੰ ਅਸੀਂ ਪੂਰਾ ਨਹੀਂ ਕਰ ਬਾਰ ਇਸ ਫਿਰ ਅਸੀਂ ਜਿਵੇਂ ਇਧਰੋਂ ਕੈਂਟ ਦੇ ਵਿੱਚ 1.5 ਤੋਂ 2 ਕਿਲੋਮੀਟਰ ਸਾਨੂੰ ਹੋ ਜਾਂਦਾ ਛਣੀ ਮੰਦਿਰ ਦੇ ਕੋਲ ਆ ਰਹੀ ਹੈ ਅਸੀਂ ਉਹਨਾਂ ਨਜ਼ਦੀਕ ਲੈ ਕੇ ਲੰਗਰ ਉੱਥੇ ਦਾ ਕਿ ਉਸ ਏਰੀਏ ਦੇ ਲੋਕ ਉਹ ਉੱਥੋਂ ਦੀ ਪਿਕਅਪ ਪੁਆਇੰਟ ਉਹਨਾਂ ਦਾ ਬਣ ਗਿਆ ਕਿ ਉਧਰ ਉਹ ਉਹਨੂੰ ਲੈ ਲੈਣ ਤੇ ਇਦਾਂ ਹੀ ਅਸੀਂ 500 ਮੀਟਰ ਇਧਰ ਦਿੱਲੀ ਗੇਟ ਲੈ ਕੇ ਕਿ ਉਸ ਤੋਂ ਪਿੱਛੇ ਜਿਹੜੇ ਆਪਣੇ ਸ਼ਹਿਰ ਦਾ ਜੇ ਤੁਸੀਂ ਤਾਂ ਫਿਰੋਜ਼ਪੁਰ ਦਾ ਇਹੋ ਜਿਵੇਂ ਬੇਦੀ ਕਲੋਨੀ ਏਰੀਆ ਚਲੋ ਉਹਦਾ ਰਿਚ ਏਰੀਆ ਉਹਦੇ ਆਸ-ਪਾਸ ਕੁਛ ᱥलमਜ਼ ਆ ਜਿਵੇਂ ਕੁਝ ਬਸਤੀਆਂ ਨੇ ਜਾਂ ਕੁਛ ਆਇਆ ਸਰਕੂਲ ਰੋਡ ਤੋਂ ਜਿਹੜੇ ਲੋਕ ਉਧਰੋਂ ਕੋਈ ਜ਼ਰੂਰਤਮੰਦ ਹੈਗੇ ਨੇ ਸਾਡੇ ਭੈਣ ਭਰਾ ਉਹ ਉੱਥੋਂ ਦੀ ਲਾਜਨ ਮੈਂ ਕਿ ਦਿੱਲੀ ਗੇਟ ਦਾ ਮਤਲਬ ਇਹ ਨਹੀਂ ਕਿ ਦਿੱਲੀ ਗੇਟ ਦੇ ਲੋਕਾਂ ਦੇ ਲਈ ਏ ਦਿੱਲੀ ਗੇਟ ਤਾਂ ਇੱਕ ਆਪਣਾ ਸ਼ਾਪਿੰਗ ਕੰਪਲੈਕਸ ਹੈ ਉੱਥੇ ਦਾ ਦੁਕਾਨਦਾਰ ਨੇ ਪਰ ਇਹ ਇਹ ਕਿ ਲੋਕਾਂ ਤੱਕਨ ਰੀਚ ਪਲੱਸ ਕਰਨ ਦੇ ਲਈ ਕਿ ਉਧਰੋਂ ਲੋਕਾਂ ਨੂੰ ਇੰਨੀ ਦੂਰ ਤੱਕਨ ਹਸਪੀਟਲ ਨਾ ਆਉਣਾ ਪਵੇ ਪਲੱਸ ਉੱਥੇ ਪੇ ਅਗਾ ਤੋਂ ਹਸਪੀਟਲ ਨੂੰ ਆਣ ਦੀ ਕੋਈ ਜ਼ਰੂਰਤ ਨਹੀਂ ਹੈ ਅਸੀਂ ਉਹਨਾਂ ਨੂੰ ਉੱਥੋਂ ਦੀ ਹੀ ਡਿਲੀਵਰ ਕਰ ਦਿੰਦੇ ਹਾਂ। ਥੈਂਕ ਯੂ ਸਰ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ। ਮੈਂ ਸੇਜਲਪ੍ਰੀਤ ਕੌਰ ਵਿਵੇਕਾਨੰਦਾ ਵਰਲਡ ਸਕੂਲ ਦੀ 11ਵੀਂ ਜਮਾਤ ਦੀ ਵਿਦਿਆਰਥਣ ਹਾਂ। ਜਿਵੇਂ ਕਿ ਸਰ ਤੁਸੀਂ ਦੱਸਿਆ ਕਿ 1500 ਲੋਕਾਂ ਦਾ ਖਾਣਾ ਇਹਨਾਂ ਖਾਣਾ ਇਹ ਤੁਸੀਂ ਕਿੱਥੇ ਬਣਾਉਂਦੇ ਹੋ ਤੇ ਕਿਵੇਂ ਬਣਾਉਂਦੇ ਹੋ? ਸਿਰਲ ਜੀ ਨਮਸਕਾਰ ਤੇ ਇਹ 1500 ਲੋਕਾਂ ਦਾ ਖਾਣਾ ਪਹਿਲੇ ਤਾਂ ਮੈਂ ਨਹੀਂ ਬਣਾਉਂਦਾ। ਇਹ ਸਾਡੀ ਸਾਰੀ ਟੀਮ ਹੈ ਉਹਦੇ ਚ ਵਲੰਟੀਅਰਸ ਨੇ ਕੁਝ ਸਾਡੇ ਕੋ ਪੌਕੇਟ ਬਣੀ ਬੇਸਡ ਸਾਥੀ ਨੇ ਜਿਨ੍ਹਾਂ ਨੂੰ ਮੈਂ ਪੌਕੇਟ ਬਣੀ ਬੇਸਡ ਹੀ ਕਹਾਂਗਾ ਕਿ ਵੀ ਕਿਉਂਕਿ ਇਹ ਖਾਣਾ ਇਸ ਸੇਵਾ ਦੇ ਵਿੱਚ ਜੁੜਨਾ ਤੇ ਖਾਣਾ ਬਣਾਉਣਾ ਇੱਕ ਜਜ਼ਬੇ ਦੀ ਗੱਲ ਹੈ ਇਹਦੇ ਲਈ ਬਹੁਤ ਅੱਛਾ ਜੋ ਦਿਲ ਚ ਜਜ਼ਬਾ ਚਾਹੀਦਾ ਤੇ ਜਿਵੇਂ ਜਿਵੇਂ ਸਫਰ ਸਾਡਾ ਪੁਰਾਣਾ ਹੋ ਗਿਆ ਤੇ ਸਾਥੀਆਂ ਨੇ ਲੋਕਾਂ ਨੇ ਕਨੇ ਦਾ ਪ੍ਰਚਾਰ ਪਹੁੰਚਾਇਆ ਤੇ ਬਹੁਤ ਸਾਰੇ ਜਿਹੜੇ ਘਰ ਕੁਝ ਟਾਈਮ ਫ੍ਰੀ ਹੁੰਦੇ ਨੇ ਤੇ ਉਹ ਕੁਝ ਲੇਡੀਜ਼ ਸਾਡੇ ਨਾਲ ਆ ਕੇ ਸਪੋਰਟ ਕਰਦੀਆਂ ਨੇ ਤੇ ਉਹ ਮੈਂ ਉਹਨਾਂ ਨੂੰ ਇਹ ਨਹੀਂ ਕਵਾਂਗਾ ਕਿ ਸੀ ਸੈਲਰੀ ਦਿੰਦੇ ਆ ਉਹ ਕੁਝ ਪੌਕਟ ਮਨੀ ਸੜ ਤੋਂ ਲੈਂਦੇ ਨੇ ਤੇ ਉਹ ਇੱਥੇ ਆ ਕੇ ਸੇਵਾ ਕਰਦੇ ਨੇ ਤੇ ਉਹ ਬਣਾਉਂਦਾ ਖਾਣਾ ਬਣਾਉਂਦਾ ਇਹ ਜਿਹੜਾ ਤੁਹਾਡਾ ਦੂਜਾ ਹੈਗਾ ਸਵਾਲ ਕੀ ਵੀ ਇਹ ਕਿੱਥੇ ਬੰਦ ਹੈ ਇਹ ਸਾਡਾ ਕਿਚਨ ਹੈਗਾ ਕਿਚਨ ਜਿਹੜਾ ਸਾਡਾ ਹੈਗਾ ਆਪਣਾ ਸ਼ਹੀਦ ਭਗਤ ਸਿੰਘ ਸਟੇਡੀਅਮ ਹੈ ਜਿਹੜਾ ਅੱਜ ਕੱਲ ਰੀਨੋਵੇਸ਼ਨ ਚੱਲ ਰਹੀ ਹੈ ਬਿਲਕੁਲ ਉਹਦੇ ਨਾਲ সুইমিং ਪੂਲ ਹੈ সুইਮਿੰਗ ਪੂਲ ਦੇ ਬਿਲਕੁਲ ਨਾਲ ਇੱਥੇ ਅਸੀਂ ਕਿਚਨ ਬਣਾਇਆ ਹੋਇਆ ਹੈ ਜਿਹੜੀ ਕਿ ਵੈਲਿਊ ਕੁਇਕ ਮਾਡਰਨ ਕਿਚਨ ਹੈ ਜਿਹੜੀ ਸੜਕੋ ਰੋਟੀ ਬਣਾਣ ਦੀ ਮਸ਼ੀਨ अवेलेबल ਹੈਗੀ ਹੈ ਜਿਹੜੀ ਕਿ 1000 ਰੋਟੀ 1 ਘੰਟੇ ਚ ਬਣਾ ਦਿੰਦੀ ਹੈ ਇਦਾਂ ਹੀ ਸਾਡੇ ਕੋਲ ਪੇੜੇ ਕਰਨ ਦੀ ਮਸ਼ੀਨ ਹੈ ਜਿਹੜੀ ਕਿ 1000 ਪੇੜਾ 1 ਘੰਟੇ ਚ ਕਰ ਦਿੰਦੀ ਹੈ ਇਦਾਂ ਹੀ ਸਾਡੇ ਕੋਲ ਆਟਾ ਗੁੰਨਣ ਦੀ ਮਸ਼ੀਨ ਹੈ ਇਦਾਂ ਹੀ ਸਾਡੇ ਕੋਲ ਚਾਵਲ ਰਾਈਸ ਨੂੰ ਬੋਇਲ ਕਰਨ ਦੀਆਂ ਮਸ਼ੀਨਾਂ ਹੈ ਇਦਾਂ ਹੀ ਵਡੀਆਂ ਪੱਠੀਆਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਸਾਰਾ ਦਾਲ ਚਾਵਲ ਨੂੰ ਹੋਰ ਚੀਜ਼ਾਂ ਨੂੰ ਨਾਲ ਕੁੱਕ ਕੀਤਾ ਜਾਂਦਾ ਤੇ ਇਹ ਉੱਥੇ ਜਿਹੜਾ ਹੈ ਸਾਰਾ ਖਾਣਾ ਬਣਦਾ ਹੈ ਸਾਰੇ ਦੇ ਵਿੱਚ ਕਿੰਨੇ ਕੁ ਵਲੰਟੀਅਰਸ ਹੁੰਦੇ ਆ ਤੁਹਾਡੀ ਅੰਝ ਦੇਖੋ ਜੀ ਇਹਦਾ ਨਾਮ ਹੀ ਫਿਰੋਜ਼ਪੁਰ ਫਾਊਂਡੇਸ਼ਨ ਹੈ ਤੇ ਮੈਂ ਤਾਂ ਇਹ ਮੰਨ ਕੇ ਚੱਲਦਾ ਕਿ ਸਾਰਾ ਫਿਰੋਜ਼ਪੁਰ ਹੀ ਇਹਦੇ ਵਿੱਚ ਵਲੰਟੀਅਰ ਹੈ ਇੱਕ ਦੂਜੇ ਦੀ ਹੈਲਪ ਕਰਨ ਦੇ ਵਿੱਚ ਬਾਕੀ ਜਿਹੜਾ ਆਨ ਐਂਡ ਆਫ ਐਕਟੀਵ ਟੀਮ ਹੈ ਸਾਡੀ ਜਿਹੜੀ ਹੈ ਉਹ 50-55 ਦੇ ਆਸ-ਪਾਸ ਅੱਜ ਦੀ ਡੇਟ ਛਗੀ ਹੈ ਕਿਉਂਕਿ ਸ਼ਾਮ ਦੇ ਵਕਤ ਅਸੀਂ ਜਿਵੇਂ ਤਿੰਨ ਲੰਗਰ ਜਲਾਣੇ ਹੁੰਦੇ ਆ ਤੇ ਉਹਨੂੰ ਉਹਦੀ ਡਿਸਟ੍ਰਿਬਿਊਸ਼ਨ ਉਹਦੀ ਪਹੁੰਚ ਨੂੰ ਕਨਫਰਮ ਕਰਨ ਲਈ ਤੇ ਹਰ ਸਪੌਟ ਦੇ ਉੱਤੇ ਸਾਨੂੰ 10-10 12-12 ਵਲੰਟੀਅਰਾਂ ਦੀ ਜ਼ਰੂਰਤ ਰਹਿੰਦੀ ਹੈ 30 35 ਦਾ ਹੌਨ ਐਂਡ ਆਫ ਸ਼ਾਮ ਦੇ ਲੰਗਰਾਂ ਦੇ ਉੱਤੇ ਹੀ ਪ੍ਰੈਜ਼ੈਂਟਰ ਹੁੰਦੇ ਨੇ ਵਲੰਟੀਅਰ ਐਦਾਂ ਹੀ 10 12 15 ਸਵੇਰੇ ਹੁੰਦੇ ਨੇ ਫਿਰ ਕਿਸੇ ਦਾ ਕੋਈ ਆਪਣਾ ਘਰ ਦਾ ਕੰਮ ਵੀ ਆ ਕੁਝੂ ਕਰਕੇ ਬਾਕੀ 50 55 ਵਲੰਟੀਅਰ ਜਿਹੜੇ ਹੈਗੇ ਨੇ ਅੱਜ ਤੱਕ ਸਾਡੀ ਟੀਮ ਜਿਹੜੇ ਚ ਕੋਈ ਯੰਗ ਲੜਕੇ ਨੇ ਕੁਝ ਸਾਡੀਆਂ ਪੈਨਾ ਨੇ ਕੁਝ ਸਾਡੇ ਨਾਲ ਰਿਟਾਇਰਡ ਸਾਡੇ ਬਜ਼ੁਰਗ ਨੇ ਜਿਹੜੇ ਕਿ ਸਾਡੇ ਬਹੁਤ ਵੱਡਾ ਪਿਲਰ ਆ ਉਹਨਾਂ ਦਾ ਸਾਡੇ ਐਕਸਪੀਰੀਅੰਸ ਵੀ ਬਹੁਤ ਕੰਮ ਆਂਦਾ ਹੈ ਤੇ ਪਲੱਸ ਉਹ ਕੁਝ ਟਾਈਮ ਵੀ ਕੰਫਰਟੇਬਲ ਪੂਰਾ ਦੇ ਸਕਦੇ ਆ महक बसेगी सांसों में चमक आएगी आँखों में इश्क तड़का लग जाएगा हुनर का दीपक जग जाएगा हर पल नई कहानी ये दुन हो नई पुरानी ये ਕੇ ਸ਼ਹਿਰ ਦਾ ਆਪਣਾ ਰੇਡੀਓ ਸਟੇਸ਼ਨ ਇਹੀ ਹੈ ਆਪਕੇ ਐਂਟਰਟੇਨਮੈਂਟ ਦਾ ਪੂਰਾ ਇੰਤਜ਼ਾਮ ਸਵੇਰ 4 ਵਜੇ ਤੋਂ ਰਾਤ 10 ਵਜੇ ਤੱਕ ਟਿਊਨਨ ਕੀਜੀਏ ਔਰ ਜੁੜੇ ਰਹੇ ਹਮਾਰਾ ਸਾਥ ਹਰ ਪਲ WWS 90.8 FM ਰੇਡੀਓ ਇਟਸ ਸਪਾਈਸੀ ਮੇਰਾ ਨਾਮ ਤਰਨ ਮੈਂ ਵਿਵੇਕਾਨੰਦਾ ਵਰਲਡ ਸਕੂਲ ਦੀ 11ਵੀਂ ਜਮਾਤ ਦੀ ਵਿਦਿਆਰਥਣਾ ਸਰ ਮੇਰਾ ਤੁਹਾਡੇ ਤੋਂ ਕੁਐਸਚਨ ਹੈ ਕਿ ਇਸ ਐਨਜੀਓ ਨੂੰ ਸ਼ੁਰੂ ਕਰਨ ਪਿੱਛੇ ਤੁਹਾਡਾ ਕੀ ਮੋਟਿਵ ਸੀ ਮਤਲਬ ਕਿ ਇਹ ਤੁਹਾਨੂੰ ਆਈਡੀਆ ਆਇਆ ਕਿੱਥੋਂ ਬਹੁਤ ਅੱਛਾ ਸਵਾਲ ਹੈ ਦਰਨ ਜੀ ਥੈਂਕ ਯੂ ਸਰ ਦਰਨ ਜੀ ਇਹ ਐਨ ਜੀਓ ਜਿਵੇਂ ਕਿ ਮੈਂ 2019 ਦੇ ਵਿੱਚ ਅਸੀਂ ਸਟਾਰਟ ਕੀਤੀ ਸੀਗੀ ਜੀ ਸਰ ਇਹ ਨਾ ਕੁਝ ਇਦਾਂ ਦਾ ਸੀਗਾ ਕਿ ਮੇਰਾ ਬਿਜ਼ਨਸ ਹੈ ਰੈਸਟੋਰੈਂਟ ਦਾ ਤੇ ਸਿਵਲ ਹਸਪੀਟਲ ਤੋਂ 100 150 ਮੀਟਰ ਅਗਲੇ ਪਾਸੇ ਹੀ ਰੋਡ ਦੇ ਉੱਤੇ ਮੇਰਾ ਹੀ ਰੈਸਟੋਰੈਂਟ ਹੈ ਤੇ ਮੈਂ ਉੱਥੇ ਬੈਠਾ ਹੋਇਆ ਸੀਗਾ ਰੈਸਟੋਰੈਂਟ ਤੇ ਇੱਕ ਦਿਨ ਇੱਕ ਮੇਰੇ ਕੋਲ ਸੱਜਣ ਆਏ ਮੈਨੂੰ ਕਹਿੰਦੇ ਜੀ ਕੁਝ ਮਾਤਰਾ 'ਚ ਮੈਨੂੰ ਉਹਨਾਂ ਨੇ ਗੀਆ ਚਪਾਤੀਆਂ ਮਨਵਾ ਦਿਓ ਤੇ ਦਾਲ ਬਣਵਾ ਦਿਓ ਤੇ ਅਸੀਂ ਸ਼ਾਮ ਨੂੰ 6 6:30 ਵਜੇ ਲੈ ਜਾਵਾਂਗੇ ਤੇ ਮੈਂ ਕਿਹਾ ਠੀਕ ਹੈ ਜੀ ਉਹ ਮੇਰੇ ਕੋਲ ਆਏ ਉਹਨਾਂ ਦਾ ਮੈਂ ਖਾਣਾ ਤਿਆਰ ਰੱਖਿਆ ਸੀ ਉਹ ਉਹਨੂੰ ਲੈ ਕੇ ਉਹ ਬਾਅਦ ਚ ਆਏ ਵਾਪਿਸ ਕਰਕੇ ਸਾਡੇ ਬਰਤਨ ਵਗੈਰਾ ਤੇ ਸਾਨੂੰ ਪੇਮੈਂਟ ਦੇ ਕੇ ਚਲੇ ਗਏ ਹਫਤਾ 10 ਦਿਨ ਬੀਤੇ ਉਹ ਫੇਰ ਸਾਡੇ ਕੋਲ ਆਏ ਕਹਿੰਦੇ ਸਰ ਉਹਨੂੰ ਨਾ ਰਿਪੀਟ ਕਰ ਦਿਓ ਆਰਡਰ ਨੂੰ ਇਹ 2019 ਦੀ ਗੱਲ ਹੈ ਤੇ ਮੈਂ ਕਿਹਾ ਠੀਕ ਹੈ ਜੀ ਉਹਨੂੰ ਸੈਕਿੰਡ ਟਾਈਮ ਜਦੋਂ ਰਿਪੀਟ ਕਸਟਮਰ ਆਂਦਾ ਹੈ ਤੇ ਫੇਰ ਬੰਦੇ ਨੂੰ ਲੱਗਦਾ ਹੀ ਹੈ ਨਾ ਕਿ ਵੀ ਮੈਂ ਇਹਨੂੰ ਪੁੱਛ ਲਵਾਂ ਕਿ ਮੈਂ ਕਿਹਾ ਯਾਰ ਤੁਸੀਂ ਥੋੜੇ ਦਿਨ ਪਹਿਲੇ ਵੀ ਲੈ ਕੇ ਗਏ ਸੀ ਤਾਂ ਫੇਰ ਲੈਣ ਆਇਓ ਇਹ ਕੀ ਕਰਦੇ ਹੋ ਖਾਣੇ ਦਾ ਤੁਸੀਂ ਤੂੰ ਕਹਿੰਦੇ ਕਿ 80 ਨਾ ਇਹ ਸਿਵਲ ਹਸਪੀਟਲ ਲੈ ਕੇ ਜਾਣੇ ਆ ਤੇ ਉੱਥੇ ਅਸੀਂ ਇਹ ਪੇਸ਼ੈਂਟਸ ਦੇ ਅਟੈਂਡੈਂਟਸ ਨੂੰ ਅਸੀਂ ਇਹ ਡਿਸਟ੍ਰਿਬਿਊਟ ਕਰਦੇ ਤੇ ਮੈਂ ਥੋੜਾ ਸਰਪ੍ਰਾਈਜ਼ ਹੋਇਆ ਮੈਂ ਮੈਂ ਇਹ ਚੀਜ਼ ਪਹਿਲੇ ਨਹੀਂ ਸੁਣੀ ਹੋਈ ਸੀ ਆਪਣੇ ਸ਼ਹਿਰ ਦੇ ਵਿੱਚ ਕਦੀ ਤੂੰ ਉਹਨਾਂ ਨੇ ਨਾਲ ਹੀ ਮੈਨੂੰ ਆਪਣੇ ਆਪ ਹੀ ਕਹਿ ਦਿੱਤਾ ਕਿ ਤੁਸੀਂ ਸਾਡੇ ਨਾਲ ਚਲੋਗੇ ਮੈਂ ਕਿਹਾ ਚਲੋ ਉਹ ਲੈ ਕੇ ਗਏ ਤੇ ਮੈਂ ਉੱਥੇ ਗਿਆ ਉਹਨਾਂ ਦੇ ਕੁਝ ਦੋ ਚਾਰ ਸਾਥੀ ਉੱਥੇ ਪਹਿਲੇ ਸੀਗੇ ਜਿਹੜਾ ਕਿ ਮੈਂ ਦੇਖਿਆ ਕਿ ਵੀ ਉਹ ਉਹਨਾਂ ਨੇ ਅੰਦਰ ਆਵਾਜ਼ ਦਿੱਤੀ ਹੋਈ ਸੀ ਜਿਹੜੀ ਕਿ ਮੈਨੂੰ ਬਾਅਦ ਚ ਪਤਾ ਲੱਗਾ ਤੇ ਉੱਥੇ ਲੋਕ ਵੇਟ ਕਰ ਰਹੇ ਸੀਗੇ ਤੋਂ ਖਾਣੇ ਦੇ ਲੋਕ ਲਾਈਨ 'ਚ ਲੱਗੇ ਤੇ ਖ ਮੈਨੂੰ ਉਹਨੇ 2-4 ਮਿੰਟ ਤੱਕ ਡਿਸਟ੍ਰੀਬਿਊਟ ਕਰਨ ਲਈ ਆਫਰ ਕੀਤਾ ਕਿ ਸਰ ਤੁਸੀਂ ਡਿਸਟ੍ਰੀਬਿਊਟ ਜਦੋਂ ਮੈਂ ਕਿੱਦਾਂ ਦੇ ਮੇਰਾ ਬਹੁਤ ਮਨਪਾਰਾ ਹੋ ਗਿਆ ਉੱਥੇ ਤੇ ਮੈਂ ਉਹ ਛੱਡਦਾ ਮੈਂ ਕਿ ਤੁਸੀਂ ਵਰਦਾਓ ਤੇ ਮੈਂ ਸਾਈਟ ਤੇ ਖੜਾ ਹੋ ਗਿਆ ਮੇਰਾ ਦਿਮਾਗ ਇੱਕਦਮ ਸੋ ਗਿਆ ਕਿਉਂਕਿ ਜਿਹੜੇ ਮੈਂ ਉੱਥੇ ਹਾਲਾਤ ਦੇਖੇ ਕਿਸੇ ਦੇ ਆਪਣੀ ਕੈਥ ਲੱਗੀ ਹੋਈ ਸੀਗੀ ਗਲੂਕੋਸ ਲਈ ਡ੍ਰਿਪ ਦੇ ਲਈ ਕਿਸੇ ਦੇ ਯੂਰਿਨ ਬੈਗ ਲੱਗਾ ਸੀ ਕਿਸੇ ਦੇ ਪਲੇਟ ਪਈ ਹੋਈ ਸੀ ਕਿਸੇ ਦੇ ਸਿਰ ਤੇ ਪੱਟੀ ਸੀ ਕਿਸੇ ਦੇ ਪਲਸਟਰ ਸੀਗਾ ਐਦਾਂ ਦੇ ਲੋਕਾਂ ਦਾ ਮੰਜ਼ਰ ਮੈਨੂੰ ਉੱਥੇ ਦੇਖਣ ਨੂੰ ਮਿਲਿਆ ਜਿਹੜਾ ਕਿ ਮੈਂ 20 ਸਾਲਾਂ ਤੋਂ ਅੱਗੇ ਰੈਸਟੋਰੈਂਟ ਕਰ ਤੇ ਮੈਂ ਆਪਣੇ ਆਪ ਨੂੰ ਬੜਾ ਕੋਸਰਿਆ ਸੀ ਉਸ ਵਕਤ ਕਿ ਯਾਰ ਇਹ ਇੱਥੇ ਇੰਨੇ ਜ਼ਰੂਰਤਮੰਦ ਲੋਕ ਹੈਗੇ ਨੇ ਮੇਰੇ ਹੋਟਲ ਤੋਂ 150 ਮੀਟਰ ਅੱਗੇ ਤੇ ਮੈਨੂੰ ਇਹ ਪਤਾ ਹੀ ਨਹੀਂ ਹੈ ਤੇ ਫਿਰ ਮੈਂ ਜਿਹੜੀ ਹੋਰ ਉੱਥੇ ਜਗ੍ਹਾ ਸੱਜਾ ਗਈ ਲੋਕ ਜਿਹੜੇ ਲੰਗਰ ਲੈ ਕੇ ਉੱਥੇ ਸਾਈਡ ਤੇ ਖਾ ਰਹੇ ਸੀਗੇ ਉੱਥੇ ਇੱਕ ਸਾਡੀ ਭੈਣ ਹੀ ਕਵਾਂਗਾ ਬੱਚੀ ਕਵਾਂਗੀ ਉਹ ਦੋ ਬੱਚਿਆਂ ਨੂੰ ਖਾਣਾ ਖਿਲਾ ਰਹੀ ਸੀਗੀ ਤੇ ਉਹ ਆਪ ਵੀ ਖਾ ਰਹੀ ਸੀ ਉਹਦੇ ਹੱਥ ਦੇ ਉੱਤੇ ਮੈਨੂੰ ਐਗਜ਼ੈਕਟ ਨਾਮ ਨਹੀਂ ਪਤਾ ਨਹੀਂ ਕੈਥ ਕਹਿੰਦੇ ਉਹਨੂੰ ਕੀ ਕਹਿੰਦੇ ਜਿਹੜਾ ਡ੍ਰਿਪ ਦੇ ਲਈ ਲਗਾਇਆ ਜਾਂਦਾ ਉਹ ਲੱਗੀ ਹੋਈ ਸੀ ਤੇ ਉਹ ਖਾ ਰਹੀ ਸੀ ਤੇ ਆਪ ਵੀ ਖਾ ਰਹੀ ਸੀ ਮੈਂ ਉਹਨੂੰ ਪੁੱ ਤੁਸੀਂ ਇਹ ਬੱਚਿਆਂ ਨੂੰ ਖਾਣਾ ਖਿਲਾ ਰਹੇ ਹੋ ਤੇ ਤੁਸੀਂ ਖੁਦ ਪੇਸ਼ੈਂਟ ਹੋ ਤੁਸੀਂ ਬਾਹਰ ਆਏ ਹੋਏ ਤੇ ਇਹ ਬੱਚੇ ਕਿਦੇ ਤੁਹਾਡੇ ਹੀ ਆ ਕਹਿੰਦੀ ਹਾਂਜੀ ਤੇ ਮੈਂ ਕਿਹਾ ਕੋਈ ਨਾਲ ਦੂਸਰਾ ਨਹੀਂਗਾ ਕਹਿੰਦੀ ਨਹੀਂ ਮੇਰੇ ਨਾਲ ਕਹਿੰਦੀ ਤੇ ਮੈਂ ਕਿਹਾ ਮਗੀ ਕਿੱਥੇ ਆ ਤੁਹਾਡੀ ਫੈਮਿਲੀ ਕਹਿੰਦੀ ਜੀ ਮੇਰੇ ਨਾਲ ਮੇਰਾ ਘਰ ਵਾਲਾ ਹੀ ਹੈ ਪਰ ਉਹ ਇਸ ਵੇਲੇ ਦਿਹਾੜੀ ਲਾਣ ਗਿਆ ਹੋਇਆ ਤੇ ਕਹਿੰਦੀ ਇਸ ਲਈ ਫਿਰ ਬੱਚੇ ਮੇਰੇ ਕੋਲ ਆ ਘਰ ਕੋਈ ਨਹੀਂਗਾ ਮੈਂ ਇੱਥੇ ਆਬिद ਪੇਸ਼ੈਂਟਾਂ ਦੇ ਪਰ ਬੱਚੇ ਵੀ ਮੇਰੇ ਕੋਲ ਛੱਡੇ ਹੋਏ ਆ ਦੋਨੋਂ ਤੇ ਮੈਨੂੰ ਉਹ ਬੜੀ ਚੀਜ਼ ਭਾਹੋਕ ਲੱਗੀ ਫਿਰ ਮੈਂ ਉਹਨੂੰ ਕਿਹਾ ਵੀ ਦਿਹਾੜੀ ਕਰੀਂਗਾ ਕਹਿੰਦੀ ਹਾਂ ਤੇ ਮੈਂ ਫਿਰ ਉਹਨੂੰ ਸੋਚਿਆ ਕਿ ਵੀ ਇਹ ਇਹ ਔਰਤ ਕਿੰਨੀ ਜ਼ਰੂਰੀ ਹੈ ਕਿ ਵੀ ਆਦਮੀ ਦਿਹਾੜੀ ਕਰਨ ਗਿਆ ਹੈ ਕਿ ਵੀ ਪੈਸੇ ਦੀ ਵੀ ਜ਼ਰੂਰਤ ਹੈ ਕਿਉਂਕਿ ਹਸਪੀਟਲ ਦਾਖਿਲ ਹੈ ਪੈਸੇ ਵੀ ਲੱਗਣਗੇ ਜੀ ਸਰ ਤੇ ਐਕਚੁਅਲੀ ਬੱਚਿਆਂ ਦੀ ਦਿੱਕਤ ਹੈ ਇਹਨੂੰ ਸੰਭਾਲਣਾ ਔਰ ਫਿਰ ਮੈਨੂੰ ਹੋਰ ਵੀ ਬੜਾ ਖਿਆਲ ਆਇਆ ਕਿ ਵੀ ਜਿਵੇਂ ਆਪਣੇ ਘਰੇ ਹੀ ਕਈ ਵਾਰੀ ਕੋਈ ਆਪਾਂ ਮਿਸਤਰੀ ਮਜ਼ਦੂਰ ਲਗਾਣੇ ਹਨ ਤੇ ਮੈਂ ਇੱਕ ਸਮਾਜ ਨੂੰ ਤੁਹਾਡੇ ਪਲੇਟਫਾਰਮ ਤੋਂ ਸੰਦੇਸ਼ ਵੀ ਦੇਣਾ ਜਾਵਾਂਗਾ ਜਿਹੜਾ ਕਿ ਮੈਂ ਮਹਿਸੂਸ ਕੀਤਾ ਕਿ ਵੀ ਉਦੋਂ ਕੀ ਹੁੰਦਾ 5 ਵਜਨ ਵਾਲੇ ਹੁੰਦੇ ਆ ਨਾ ਤੇ ਆਪਾਂ ਉਹਨਾਂ ਨੂੰ ਦੋ ਬੱਠਲ ਦਾ ਮਸਾਲਾ ਇਆ ਕੋਈ ਜੌਬ ਹੋਰ ਐਕਸਟਰਾ ਦੇ ਦੰਨੇ ਕਿ ਵੀ ਇਹਨਾਂ ਦਾ ਹੀ ਇੱਕ ਘੰਟਾ ਸੀ ਐਕਸਟਰਾ ਲਗਵਾ ਲਈਏ ਜੀ ਸਰ ਤੇ ਹੁਣ ਉਹ ਐਵੇਂ ਦੇ ਉਹਵੇਂ ਦਾ ਬੰਦਾ ਜਿਹਦੀ ਵਾਈਫ ਹਸਪੀਟਲ ਦਾਖਲ ਹੈ ਬੱਚੇ ਉਹਦੇ ਕੋਲ ਆਇਆ ਜੇ ਉਹਦਾ ਇੱਕ ਘੰਟਾ ਤੁਹਾਡੇ ਕੋਲ ਹੋਰ ਲਾਏਗਾ ਹੋਰ ਥਕੇਗਾ ਤੇ ਫਿਰ ਉਹ ਪਿੰਡ ਵਾਪਸ ਜਾਏਗਾ ਉਹ ਕਦੋਂ ਪਿੰਡ ਚ ਜਾ ਕੇ ਰੋਟੀ ਬਣਾਏਗਾ ਤੇ ਕਦੋਂ ਆਪਣੀ ਫੈਮਿਲੀ ਦੇ ਲਈ ਰੋਟੀ ਲੈ ਕੇ ਆਏਗਾ ਜੀ ਸਰ ਕਿੰਨਾ ਮੁਸ਼ਕਲ ਹੈ ਕਿਉਂਕਿ ਸਾਡੇ ਇੱਥੇ ਨਾ ਤਾਂ ਕੋਈ ਰੋਡਵੇਜ਼ ਦੀਆਂ ਬੱਸਾਂ ਪਿੰਡਾਂ ਚੋਂ ਆਉਂਦੀਆਂ ਸਾਡਾ ਜਿਹੜਾ ਸਿਵਲ ਹਸਪੀਟਲ ਹੈ ਮਖੂ ਤੋਂ ਲੈ ਕੇ ਗੁਰੂਏ ਸਾਈ ਤੱਕਨ ਦੇ ਸਾਰੇ ਮੱਲਾ ਸਾਰੀ ਏਰੀਆ ਕਵਰ ਕਰਦਾ ਪੇਸ਼ੈਂਟ 25 30 35 ਕਿਲੋਮੀਟਰ ਤੋਂ ਵੀ ਦਾਖਲ ਹੁੰਦੇ ਨੇ ਉਹਨੋਂ ਬੰਦਾ ਕਦੋਂ ਘਰ ਜਾਏਗਾ ਕਦੋਂ ਨਹੀਂ ਤੋਏਗਾ ਕਦੋਂ ਰੋਟੀ ਬਖਾਏਗਾ ਫਿਰ ਉਹ ਜਿਹੜਾ ਰੋਟੀ ਲੈ ਕੇ ਵੀ ਆਏਗਾ ਸਾਈਕਲ ਤੇ ਤਾਂ ਉਹਦੇ ਲਈ ਪੋਸੀਬਲ ਨਹੀਂ ਹੈ ਜੇ ਵਾਹਨ ਤੇ ਆਏਗਾ ਤਾਂ ਪੈਟਰੋਲ ਬਹੁਤ ਮਹਿੰਗਾ ਹੈ ਜੀ ਸਰ ਤੇ ਵੀ ਮੈਨੂੰ ਲੱਗਾ ਕਿ ਵੀ ਨਹੀਂ ਯਾਰ ਇਹ ਸੇਵਾ ਜਿਹੜੀ ਇਹ ਜਿਹੜੀ ਟੀਮ ਕਰ ਰਹੀ ਹੈ ਵੀਕਲੀ ਯਾ 2 ਵੀਕਲੀ ਮੰਥਸ ਕਰ ਰਹੀ ਹੈ ਪਰ ਇਹਦੀ ਤਾਂ ਡੇਲੀ ਜਰੂਰ ਤਾਂ ਬਸ ਉਹਦਾ ਹੀ ਮੇਰੇ ਦਿਮਾਗ 'ਚ ਹੈ ਪਿਕਚਰ ਆ ਗਈ ਤੇ ਮੈਂ ਉਸ ਤੋਂ ਬਾਅਦ ਮੈਂ ਆਪਣੇ ਦੋਸਤਾਂ ਨਾਲ ਆ ਕੇ ਡਿਸਕਸ ਕੀਤਾ ਤੇ ਮੈਂ ਕਿਹਾ ਯਾਰ ਮੈਂ ਉੱਥੇ ਚੀਜ਼ ਦੇਖ ਕੇ ਆਇਆ ਤੇ ਮੈਨੂੰ ਲੱਗਦਾ ਹੈ ਕਿ ਵੀ ਇਹਨੂੰ ਰੈਗੂਲਰ ਹੋਣਾ ਚਾਹੀਦਾ ਹੈ ਉੱਥੇ ਬਹੁਤ ਲੋੜ ਹੈ ਤੇ ਅਸੀਂ ਫਿਰ ਪਲਾਨ ਕੀਤਾ ਕਿ ਮੇਰੇ ਦੋਸਤ ਨੇ ਸਲਾਹ ਦਿੱਤੀ ਵੀ ਬਹੁਤ ਸੌਖਾ ਜਿਹਾ ਕੰਮ ਹੈ ਜੇ ਤੇਰਾ ਦਿਲ ਤੈਨੂੰ ਲੱਗਦਾ ਹੀ ਇਹ ਕਰਨਾ ਹੈ ਤੂੰ ਆਪਣਾ ਮੋਬਾਈਲ ਕਾਰਡ ਉਹਦੇ ਚ ਜਿਹੜੇ ਨੀਅਰ ਐਂਡ ਡੀਅਰਸ ਦੇ ਕੰਟੈਕਟਸ ਨੂੰ ਸਕਰੋਲ ਕਰ ਤੇ ਉਹਨਾਂ ਨੂੰ ਪੁੱਛ ਉਹਦਾ ਖਰਚਾ ਬਹੁਤ ਲਿਮਟਡ ਹੈ 2000 ਰੁਪਿਆ ਇੱਕ ਟਾਈਮ ਦੇ ਖਾਨੇ ਦਾ ਸਾਨੂੰ ਆਇਆ ਸੀਗਾ ਮੇਰਾ ਹੋਟਲ ਹੈ ਕਿਉਂਕਿ ਮੈਨੂੰ ਥੋੜਾ ਉਸ ਹਫ਼ਤੇ ਰਪਿੰਦਾ ਸੀ ਰੇਟ ਦੇ ਉੱਤੇ ਉਹ ਕਹਿੰਦੇ ਵੀ ਤੂੰ 2000 ਦੀ ਸੇਵਾ ਬੰਦਿਆਂ ਨੂੰ ਪੁੱਛ ਕੇ ਕੋਈ ਦਿਨ ਉਹ ਤਿਆਰ ਹੋਣਗੇ ਤੇ ਉਹਨਾਂ ਨੂੰ ਕਰ ਲੈ 40 45 ਦਿਨ ਦਾ ਸਿਸਟਮ ਬਣਾ ਲਓ ਕਿ ਵੀ 45 ਦਿਨਾਂ ਬਾਅਦ ਕਿਸੇ ਕੋ 2000 ਮੰਗ ਲਓ ਤੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਮਹਿਸੂਸ ਹੋਏਗੀ ਜਿਵੇਂ ਸਾਨੂੰ ਲੱਗਦਾ ਸੀਗਾ ਤੇ ਮੇਰੇ ਦੋਸਤ ਨੇ ਜਿਮੀ ਭਾਈ ਸਾਹਿਬ ਜਿਮੀ ਗੱਕੜ ਜੀ ਅੱਜ ਵੀ ਮੇਰੇ ਨਾਲ ਮੋਢਾ ਨਾਲ ਮੋਢਾ ਮਿਲਾ ਕੇ ਚੱਲ ਰਹੇ ਮੈਂ ਸਭ ਤੋਂ ਪਹਿਲਾ ਫੋਨ ਉਹਨਾਂ ਨੂੰ ਕੀਤਾ ਮੈਂ ਕਿਹਾ ਯਾਰ ਜਿਮੀ ਇਦਾਂ ਇਦਾਂ ਇਹ ਚੀਜ਼ ਹੈ ਆ ਮੇਕ ਬਹੁਤ ਅੱਛਾ ਫਿਰ ਮੇਰੇ ਸੁਨੀਲ अरोड़ा ਜੀ ਨੇ ਜਿਹੜੇ ਕਿ ਅੱਜ ਐਨ ਜੀਓ ਦੇ ਵਿੱਚ ਸਾਡੇ ਨਾਲ ਡਾਇਰੈਕਟਰ ਵੀ ਨੇ ਮੈਂ ਸੈਕੰਡ ਫੋਨ ਉਹਨਾਂ ਨੂੰ ਕੀਤਾ ਕਹਿੰਦੇ ਭਾਜੀ ਤੁਸੀਂ ਇੱਕ ਲੰਗਰ ਮੇਰਾ ਲੈ ਲਓ ਇਦਾਂ ਹੀ ਹੋਰ ਸਾਥੀਆਂ ਨੂੰ ਫੋਨ ਕੀਤੇ ਉਹ ਸਾਨੂੰ 27-22 ਫੋਨ ਹੀ ਕਰਨੇ ਪਏ ਤੇ 45 ਦਿਨਾਂ ਦਾ ਸਾਡਾ ਸਿਸਟਮ ਥਰੂ ਹੋ ਗਿਆ ਕੋਈ ਕਿਸੇ ਨੇ ਚਾਰ ਲੰਗਰ ਲੈ ਲਏ ਕਿਸੇ ਨੇ ਦੋ ਲੈ ਲਏ ਅੱਧਾ ਕਰਕੇ ਤੇ ਲੈ ਲਏ ਤੇ ਮੈਂ ਬੜਾ ਖੁਸ਼ ਕਿ ਵੀ ਹੁਣੇ ਪੱਕਾ ਇੰਤਜ਼ਾਮ ਹੋ ਗਿਆ ਉਹ ਜ਼ਰੂਰਤਮੰਦਾਂ ਦੇ ਲਈ ਰਾਤ ਦੇ ਲੰਗਰ ਦਾ ਤੇ ਮੈਂ ਉਹ ਜਿਹੜੇ ਸਮਾਜ ਸੇਵੀ ਉਸ ਨੂੰ ਕਰਦੇ ਸੀਗੇ ਤੇ ਉਹਨਾਂ ਨੂੰ ਬੁਲਾਇਆ ਆਪਣੇ ਕੋਲ ਤੇ ਮੈਂ ਕਿਹਾ ਵੀ ਤੁਸੀਂ ਆਓ ਮੇਰੇ ਕੋਲ ਮੈਂ ਜਰੂਰ ਇੰਚਾਰਜ ਆਨੇ ਤਾਂ ਮੈਂ ਬੜਾ ਖੁਸ਼ ਹੋ ਗਿਆ ਉਹਨਾਂ ਨੂੰ ਦੱਸਿਆ ਮੈਂ ਕਿਹਾ ਯਾਰ ਹੁੰਦੋ ਨਾ ਤਾਨੂੰ ਡੇਲੀ ਲੰਗਰ ਮਿਲਿਆ ਕਰੇਗਾ ਇੱਥੋਂ ਤੇ ਤੁਸੀਂ ਡਿਸਟ੍ਰੀਬਿਊਟ ਕਰਨਾ ਤੇ ਤੁਸੀਂ ਜਿਹੜਾ ਪੈਸੇ ਪਹਿਲੇ ਪੈਸੇ ਦੇ ਕੇ ਵੀ ਲਾਰੇ ਸੇ ਤੁਸੀਂ ਉਹ ਨਹੀਂ ਲੈਣਾ ਕਿਉਂਕਿ ਆਪਾਂ ਡੋਨਰਸ ਦਾ ਸੀ ਅਰੇਂਜ ਕਰ ਦਿੱਤੇ ਸੀ ਜੀ ਉਹਨਾਂ ਨੇ ਮੈਨੂੰ ਉਸੇ ਵਕਤ ਹੀ ਉਹਦੇ ਲਈ ਇਨਕਾਰ ਹੀ ਕਰ ਦਿੱਤੀ ਉਹ ਆਪਣੀ ਜਗ੍ਹਾ ਤੇ ਸੱਚੇ ਕਹਿੰਦੇ ਸਰ ਅਸੀਂ ਡੇਲੀ ਤਾਂ ਦੇ ਹੀ ਨਹੀਂ ਸਕਦੇ ਕਹਿੰਦੇ ਅਸੀਂ ਜੌਬਸ ਕਰਦੇ ਆਂ ਤਸਾਈਸ ਅਸੀਂ ਯੰਗ ਸੀ ਉਹਨਾਂ ਦੇ ਬੱਚੇ ਛੋਟੇ ਕਹਿੰਦੇ ਸਰਕੇ ਦੀ ਬੱਚਿਆਂ ਦਾ ਕੁਝ ਕੋਈ ਕੰਪੈਨਡਿੰਗ ਹੁੰਦਾ ਜਾਂ ਕਈ ਵੀਰ ਜੌਬ ਤੋਂ ਅਸੀਂ ਲੇਟ ਹੋ ਸਕਦਾ ਅਸੀਂ ਡੇਲੀ ਅਸੀਂ ਨਹੀਂ ਕਰ ਪਾਵਾਂਗੇ ਅਸੀਂ ਪੋਸੀਬਲ ਨਹੀਂ ਮੈਂ ਕਹਾਂ ਯਾਰ ਮੈਂ ਤਾਂ ਸਾਰਾ ਸਿਸਟਮ ਬਣਾ ਲਿਆ ਮੈਂ ਤਾਂ ਡੋਨਰਸ ਰੈਡੀ ਕਰ ਲਿੱਤੇ ਪਰ ਉਹ ਜਿਹੜਾ ਮੈਕੈਨਿਜ਼ਮ ਸੀ ਸਾਡਾ ਉਹਨਾਂ ਦੇ ਨਾਲ ਰਲ ਮਿਲ ਕੇ ਚਲਾਉਣ ਵਾਲਾ ਉਹ ਜਿਆਦਾ ਲੰਬਾ ਨਹੀਂ ਚੱਲਿਆ ਸ਼ਿਲेंद्र ਜੀ ਰੈਸਟ ਇਜ਼ ਹਿਸਟਰੀ ਵੀ نو ਤੇ ਮੈਂ ਸ਼ੇਅਰ ਆਰਜ਼ ਕਰਦਾ ਹਾਂ ਵਜਿਹਰਾ ਕਿ ਬਿਲਕੁਲ ਐਵੇਂ ਹੀ ਹੋਇਆ ਕਿ ਮੈਂ ਅਕੇਲਾ ਹੀ ਚਲਾਤਾ ਜਾਨੇਬੇ ਮੰਜ਼ਿਲ ਮਗਰ ਲੋਕ ਸਾਥ ਆਤੇ ਗਏ ਔਰ ਕਾਰਵਾਮ ਬਣਤਾ ਗਿਆ ਇਨ ਦੀ ਮੀਨ ਟਾਈਮ 2019 ਤੋਂ 20 ਆਂਦੇ ਆਂਦੇ ਆਪ ਨੂੰ ਪਤਾ ਹੀ ਇਹ ਕੋਵਿਡ ਆ ਗਿਆ ਫਿਰ ਕੋਵਿਡ ਦੇ ਵਿੱਚ ਈਸ਼ਵਰ ਨੇ ਹੋਰ ਵੱਡੀ ਡਿਊਟੀ ਦੇ ਦਿੱਤੀ ਉਦੋਂ ਟੀਮ ਕਰੀਬਨ 22000 2000 ਬੰਦੇ ਦਾ ਖਾਣਾ ਡੇਲੀ ਬਣਾਉਣ ਲੱਗੀ ਤੇ ਉਹ ਖਤਮ ਹੋ ਗਿਆ ਤੇ ਉਹਦੇ ਕੋਵਿਡ ਟਾਈਮ ਦੇ ਵਿੱਚ ਰੋ ਸਭ ਹੋਮ ਕਵਾਰਨਟਾਈਨ ਹੋ ਗਏ ਤੇ ਇੱਕ ਸਾਡੇ ਲਈ ਰੱਬ ਦਾ ਰੂਪ ਬਣ ਗਿਆ ਇਹ ਸਿਧਾਰਥ ਜੀ ਕੰਪਨੀ ਸੈਕਟਰੀ ਨੇ ਉਹ ਦਿੱਲੀ ਸੀਐਸ ਕੀਤੀ ਸੀ ਕੰਪਨੀ ਸੈਕ ਸੀਏ ਹੁੰਦੇ ਨੇ ਨਾ ਐਵੇਂ ਕੰਪਨੀ ਸੈਕਟਰੀ ਹੁੰਦੇ ਨੇ ਉਹ ਆਪਣੇ ਘਰ ਆਗੇ ਉਦੋਂ ਕਿਉਂਕਿ ਸਭ ਬੰਦ ਹੋ ਗਿਆ ਸੀਗਾ ਉਹਨੋਂ ਤੋਂ ਉਹਨਾਂ ਨੇ ਫੇਸਬੁੱਕ ਤੇ ਵਗੈਰਾ ਦੇਖਿਆ ਵੀ ਇਥੇ ਇਹ ਸੰਸਥਾ ਬੜਾ ਕੰਮ ਕਰ ਰਹੀ ਉਹਨਾਂ ਨੇ ਸਾਨੂੰ ਅਪਰੋਚ ਕੀਤਾ ਕਿ ਨਹੀਂ ਭਾਈ ਸਾਹਿਬ ਤੁਸੀਂ ਇੰਨਾ ਵਧੀਆ ਕੰਮ ਕਰ ਰਹੇ ਹੋ ਤੁਸੀਂ ਇਹਨੂੰ ਰਜਿਸਟਰ ਕਿਉਂ ਨਹੀਂ ਕਰਾ ਲੈਂਦੇ ਅਸੀਂ ਕਿ ਯਾਰ ਸੋਚਿਆ ਨਹੀਂ ਉਹ ਕਹਿੰਦੇ ਤੁਸੀਂ ਕਰਾਓ ਮੈਂ ਤੁਹਾਡੀ ਫ੍ਰੀ ਰਜਿਸਟ੍ਰੇਸ਼ਨ ਕਰਾ ਕੇ ਦਊਂਗਾ ਤਾਂ ਮਗੀ ਉਦੋਂ ਫਿਰ 29 ਜੁਲਾਈ 2020 ਨੂੰ ਉਹਨਾਂ ਨੇ ਸਾਨੂੰ ਉਹਨੂੰ ਰਜਿਸਟਰ ਕਰਵਾ ਕੇ ਦਿੱਤਾ ਫਿਰੋਜ਼ਪੁਰ ਫਾਊਂਡੇਸ਼ਨ ਉਦੋਂ ਆਏ ਹੁਣ 3 ਸਾਲ ਤੋਂ ਉੱਤੇ ਹੋ ਗਏ ਇਹਨੂੰ ਫਿਰੋਜ਼ਪੁਰ ਫਾਊਂਡੇਸ਼ਨ ਨੂੰ ਚੱਲਦੇ ਹੋ ਸਰ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਥੈਂਕ ਯੂ ਸਰ महक बसेगी सांसों में चमक आएगी आँखों में इश्क तड़का लग जाएगा पुनर का दीपक जग जाएगा हर पल नई कहानी ये दुन हो नई पुरानी ये ਕੇ ਸ਼ਹਿਰ ਦਾ ਆਪਣਾ ਰੇਡੀਓ ਸਟੇਸ਼ਨ ਇਹੀ ਹੈ ਆਪਕੇ ਐਂਟਰਟੇਨਮੈਂਟ ਦਾ ਪੂਰਾ ਇੰਤਜ਼ਾਮ ਸਵੇਰ 4 ਵਜੇ ਸੇ ਰਾਤ 10 ਵਜੇ ਤੱਕ ਯੂਨਨ ਕੀਜੀਏ ਔਰ ਜੁੜੇ ਰਹੇ ਹਮਾਰੇ ਸਾਥ ਹਰ ਪਲ WWS 90.8 FM ਰੇਡੀਓ ਇਟਸ ਸਪਾਈਸੀ ਸਰ ਇੱਕ ਮੇਰਾ ਸਵਾਲ ਤੁਹਾਡੇ ਤੋਂ ਇਹ ਹੈ ਕਿ ਲੰਗਰ ਸੇਵਾ ਦੇ ਅਲਾਵਾ ਤੁਹਾਡੀ ਜਿਹੜੀ ਫਾਊਂਡੇਸ਼ਨ ਹੈ ਫਿਰੋਜ਼ਪੁਰ ਫਾਊਂਡੇਸ਼ਨ ਉਹ ਹੋਰ ਕੀ ਕੀ ਸੇਵਾਵਾਂ ਲੋਕਾਂ ਨੂੰ ਪ੍ਰੋਵਾਈਡ ਕਰ ਰਹੀ ਹੈ ਜਾਂ ਫਿਰ ਉਹ ਕੀ ਕੀ ਗਤੀਵਿਧੀਆਂ ਕਰ ਰਹੀ ਹੈ ਇਹ ਇੱਕ ਚੀਜ਼ ਮੈਂ ਥੋੜੀ ਜੀ ਤੁਹਾਨੂੰ ਹੋਰ ਦੱਸਣਾ ਚਾਹਾਂਗਾ ਕੋਈ ਵੀ ਐਨਜੀਓ ਹੁੰਦੀ ਹੈ ਨਾ ਜੀ ਉਦੋਂ ਜਦੋਂ ਰਜਿਸਟਰ ਹੁੰਦੀ ਹੈ ਨਾ ਉਹਨੂੰ ਗਵਰਨਮੈਂਟ ਨੂੰ ਦੱਸਣਾ ਬੰਦਾ ਹੈ ਕਿ ਵੀ ਉਹ ਕੀ ਕੀ ਕੰਮ ਕਰੇਗੀ ਉਹ ਕਿਹੜੇ ਮੰਤਵ ਲਈ ਬਣਾਈ ਗਈ ਹੈ ਜੀ ਇਹ ਮਯੂ ਮੈਮੋਰੰਡਮ ਆਫ ਅੰਡਰਸਟੈਂਡਿੰਗ ਕਿਹਾ ਜਾਂਦਾ ਹੈ ਜੀ ਤੋਂ ਐਮਓਯੂ ਦੇ ਅੰਡਰ ਜਿਹੜੇ ਤੁਸੀਂ ਉਹਨਾਂ ਨੂੰ ਗਵਰਨਮੈਂਟ ਦੇ ਨਾਲ ਸ਼ੇਅਰ ਕੀਤੇ ਹੁੰਦੇ ਕਿ ਉਹ ਕੰਮ ਕਰਨਗੇ ਨਾ ਤੇ ਤੁਸੀਂ ਉਸੇ ਲਾਈਨ ਦੇ ਉੱਤੇ ਹੀ ਕੰਮ ਕਰ ਸਕਦੇ ਹੁਣ ਸਾਨੂੰ ਇਹਦੇ ਚ ਮੈਂ ਤੁਹਾਨੂੰ ਇਹ ਦੱਸਣਾ ਜ਼ਰੂਰੀ ਕਿ ਕਿ ਸਾਨੂੰ ਕਈ ਵਾਰੀ ਨਾ ਕਈ ਸਾਥੀਆਂ ਦੇ ਮੈਸੇਜ ਆਉਂਦੇ ਆ ਕਿ ਫਲਾਣੇ ਨੂੰ ਏਦਾਂ ਕਰ ਦਿਓ ਫਲਾਣੀ ਚੀਜ਼ ਏਦਾਂ ਕਰ ਦਿਓ ਤੇ ਕਈ ਵਾਰੀ ਸਾਡੇ ਲਈ ਸਾਨੂੰ ਉਹਦੇ ਲਈ ਸ਼ਰਮਸਾਰ ਹੋ ਕੇ ਸੀ ਉਹਨਾਂ ਨੂੰ ਮਨਾ ਕਰਨੀ ਪੈਂਦੀ ਹੈ ਕਿਉਂਕਿ ਅਸੀਂ ਫੰਡਸ ਦੀ ਯੂਟਿਲਾਈਜੇਸ਼ਨ ਉੱਥੇ ਹੀ ਕਰ ਸਕਦੇ ਹਾਂ ਜਿਹੜੇ ਅਸੀਂ ਗਵਰਨਮੈਂਟ ਦੇ ਨਾਲ ਬਾਉਂਡ ਆ ਕਿ ਅਸੀਂ ਕੀ ਕੀ ਕੰਮ ਕਰਦੇ ਹਾਂ ਬਾਕੀ ਮੈਂ ਤੁਹਾਨੂੰ ਦੱਸ ਦਿੰਨਾ ਕਿ ਇਹਦੇ ਚ ਅਸੀਂ ਹੋਰ ਕੀ ਕੀ ਕੰਮ ਕਰ ਰਹੇ ਹਾਂ ਅਸੀਂ ਚਾਰ ਲੰਗਰ ਡੇਲੀ ਚਲਾ ਰਹੇ ਹਾਂ ਜਿਹੜੇ ਕਿ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਉਸਦੇ ਇਲਾਵਾ ਅਸੀਂ ਅਸੀਂ ਗ੍ਰੀਨਰੀ ਨੂੰ ਪ੍ਰਮੋਟ ਕਰਦੇ ਆ ਅਸੀਂ ਗ੍ਰੀਨ ਪੈਚ ਅਡਾਪਟ ਕੀਤਾ ਹੋਇਆ ਜਿਹੜਾ ਕਿ ਕੰਟੋਨਮੈਂਟ ਗਵਰਨਮੈਂਟ ਕੰਟੋਨਮੈਂਟ ਬੋਰਡ ਵੱਲੋਂ ਸਾਨੂੰ ਇੱਕ ਏਰੀਆ ਮਿਲਿਆ ਹੋਇਆ ਅਸੀਂ ਉਹਨੂੰ ਉੱਥੇ ਦੋ ਮਾਲੀ ਰੱਖਿਓਏ ਨੇ ਕਿ ਉਹਨੂੰ ਡੇਲੀ ਬੇਸਿਸ ਦੇ ਉੱਤੇ ਉਹਦੇ ਸੇਵਾ ਦਿੰਦੇ ਆ ਅਸੀਂ ਉੱਥੇ ਗ੍ਰੀਨਰੀ ਡਿਵੈਲਪ ਕਰ ਰਹੇ ਹਾਂ ਉੱਥੇ ਪੇੜ ਲਗਾ ਰਹੇ ਹਾਂ ਉੱਥੇ ਪੌਦੇ ਲਗਾ ਰਹੇ ਹਾਂ ਮਤਲਬ ਕਿ ਕਈ ਸੰਸਥਾਵਾਂ ਅਸੀਂ ਦੇਖਦੇ ਹਾਂ ਕਈ ਲੋਕ ਪੇੜ ਲਗਾ ਦਿੰਦੇ ਆ ਪਰ ਉਹਨਾਂ ਨੂੰ ਪਾਲ ਦੇ ਨਹੀਂ ਪਰ ਸਾਡੀ ਐਨ ਜੀਓ ਲਗਾਉਂਦੀ ਹੈ ਤੇ ਉਹਨਾਂ ਨੂੰ ਫੋਲੋ ਅਪ ਕਰਕੇ ਪਾਲ ਵੀ ਰਹੀ ਹੈ ਲਗਭਗ 3 ਸਾਲ ਤੋਂ ਅਸੀਂ ਉਹ ਗ੍ਰੀਨ ਪੈਚ ਅਡਾਪਟ ਕੀਤਾ ਹੋਇਆ ਹੈ ਜੀ ਇਸ ਦੇ ਇਲਾਵਾ ਅਸੀਂ ਸਾਡੇ ਸਪੈਸ਼ਲ ਕਿਡਸ ਜਿਨ੍ਹਾਂ ਨੂੰ ਆਪਾਂ ਡਿਸੇਬਲ ਕਿਡਸ ਡਿਸੇਬਲ ਕਿਡਸ ਕਹਨਾ ਅੱਛਾ ਵਰਡ ਨਹੀਂ ਹੈ ਸਪੈਸ਼ਲ ਕਿਡਸ ਸਾਡੇ ਬੱਚੇ ਜਿਨ੍ਹਾਂ ਨੇ ਈਸ਼ਵਰ ਨੇ ਕੁਝ ਸਪੈਸ਼ਲ ਤਾਕਤਾਂ ਦਿੱਤੀਆਂ ਨੇ ਉਹ ਸਕੂਲ ਦੇ ਵਿੱਚ ਵੀ ਅਸੀਂ ਜੋ ਬਣ ਪਾਏ ਅਸੀਂ ਉਹ ਸੇਵਾ ਕੀਤੀ ਉਹ ਸਕੂਲ ਨਾਲ ਜੁੜੇ ਹੋਏ ਹਾਂ ਅਸੀਂ ਹਰ ਸਵੇਰੇ ਉੱਥੇ ਦੁੱਧ ਤੇ ਬਿਸਕੁਟ ਦੀ ਸੇਵਾ ਭੇਜਦੇ ਹਾਂ ਉਸ ਤੋਂ ਬਾਅਦ ਉੱਥੇ ਇੱਕ ਮੇਡ ਦੀ ਜ਼ਰੂਰਤ ਰਹਿੰਦੀ ਹੈ ਕਿਉਂਕਿ ਉਹ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਕਈ ਵਾਰੀ ਆਪਣਾ ਉਹਨਾਂ ਨੂੰ ਕਈ ਵਾਰੀ ਕਈਆਂ ਨੂੰ ਕੋਈ ਇਸ਼ੂ ਹੁੰਦਾ ਹੈ ਕਿ ਵੀ ਕੋਈ ਉਹਨਾਂ ਦੀ ਸਫਾਈ ਦਾ ਕੋਈ ਚੀਜ਼ गिर ਜਾਏ ਗੁਰਜੇ ਤੇ ਉਹਦੇ ਲਈ ਫਿਰ ਇਸੇ ਮੇਡ ਦੀ ਅਸੀਂ ਉਹਨਾਂ ਨੂੰ ਪੌਕੇਟ ਮਨੀ ਦੰਦੇ ਆ ਕਿ ਵੀ ਉਹ ਸਕੂਲ ਇੱਕ ਮੇਡ ਰੱਖ ਸਕੇ ਕਿ ਉਹਦੇ ਚ ਅਸੀਂ ਉਹਨਾਂ ਨੂੰ ਸਪੋਰਟ ਕਰਦੇ ਆ ਅਸੀਂ ਕੁਝ ਵੀ ਪੇਸ਼IENTS ਅਡਾਪਟ ਕੀਤੇ ਹੋਏ ਨੇ ਸਿਵਲ ਹਸਪੀਟਲ ਤੋਂ ਕਿ ਟਿਊਬਰਕਲੋਸਿਸ ਦੀ ਆਪਣੇ ਏਰੀਆ ਚ ਕਾਫੀ ਇਸ਼ੂ ਹੈ ਤੇ ਉਹਨਾਂ ਨੂੰ ਅਸੀਂ ਨਿਊਟ੍ਰੀਸ਼ਨ ਰਾਸ਼ਨ ਮੰਥਲੀ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਵਾਨੇ ਆ ਫਿਰ ਉਸ ਤੋਂ ਬਾਅਦ ਅਸੀਂ ਸਿਵਲ ਹਸਪੀਟਲ ਜਾਂ ਦਿੱਲੀ ਗੇਟ ਜਾਂ ਪੀਐਨਬੀ ਦੇ ਲੰਗਰ ਦੇ ਇਲਾਵਾ ਅਸੀਂ ਸਟੇਸ਼ਨ ਦੀ ਰੋਡ ਸਾਈਡ ਫਰੂਜ਼ਪੁਰ ਕੈਂਟ ਦੇ ਸਟੇਸ਼ਨ ਦੇ ਆਸ-ਪਾਸ ਜਿਹੜੇ ਬੈਗਰਸ ਨੇ ਅਸੀਂ ਉਹਨਾਂ ਦੇ ਲਈ ਵੀ ਫੂਡ ਡੇਲੀ ਉਹਨਾਂ ਦੇ ਜਿੱਥੇ ਉਹ ਰਹਿੰਦੇ ਨੇ ਕਿਉਂਕਿ ਉਹਨਾਂ ਤੱਕ ਕਦਾਂ ਸੋਸ਼ਲ ਮੀਡੀਆ ਪਹੁੰਚਦਾ ਨਾ ਕੁਝ ਪਹੁੰਚਦਾ ਤੇ ਨਾਲ ਬੈਗਰ ਦੇ ਕੋਲ ਕੋਈ ਘਰ ਨਹੀਂ ਹੁੰਦਾ ਜਿਹਨੂੰ ਉਹ ਤਾਲਾ ਲਾ ਕੇ ਆ ਜਵੇ ਬੈਗਰ ਜੇ ਆਪਣੇ ਸਥਾਨ ਤੋਂ ਉੱਠੇਗਾ ਤਾਂ ਉਹਦਾ ਪਿੱਛੋਂ ਸਮਾਨ ਚੋਰੀ ਹੋ ਜਾਏਗਾ ਅਸੀਂ ਉਹਨਾਂ ਨੂੰ ਉਹਨਾਂ ਦੇ ਸਟਾਪ ਦੇ ਉੱਤੇ ਹੀ ਡੇਲੀ ਦੋ ਟਾਈਮ ਖਾਣਾ ਡਿਲੀਵਰ ਕਰਵਾਨੇ ਆ ਇਹ ਫਰੂਸਪੁਰਜ 25 26 ਬੈਗਰ ਨੇ ਕੁਝ ਅਸੀਂ ਜਿਵੇਂ ਆਪਾਂ ਸੈਕੰਡ ਵੇਵ ਆਈ ਸੀ 2021 ਦੇ ਵਿੱਚ ਜਿਹੜੀ ਕੋਵਿਡ ਦੀ ਉਦੋਂ ਸਾਨੂੰ ਸਰਕਾਰਾਂ ਨੂੰ ਹਸਪਤਾਲਾਂ ਨੂੰ ਡਾਕਟਰਾਂ ਨੂੰ ਸਮਝ ਆ ਗਿਆ ਸੀ ਕਿ ਜ਼ਰੂਰੀ ਨਹੀਂ ਕਿ ਹਰ ਬੰਦੇ ਨੂੰ ਜੇ ਕੋਰੋਨਾ ਹੋਵੇ ਤਾਂ ਉਹਨੂੰ ਘਰ ਲੈ ਕੇ ਆਣਾ ਹਸਪਤਾਲ ਲੈ ਕੇ ਆਣਾ ਹੋਮ ਕਵਾਰੰਟਾਈਨ ਚੱਲਿਆ ਸੀਗਾ ਉਹ ਹੋਮ ਕਵਾਰੰਟਾਈਨ ਦੇ ਵਿੱਚ ਕੁਝ ਲੋਕਾਂ ਨੂੰ ਜਿਵੇਂ ਅਸੀਂ ਘਰ ਫੂਡ ਡਿਲੀਵਰੀ ਦਿੰਦੇ ਸੀਗੇ ਉਹਨਾਂ ਦੇ ਘਰੇ ਡੋਰ ਸਟੈਪ ਦੇ ਉੱਤੇ ਜਿਹੜੇ ਘਰ ਕਵਾਰੰਟਾਈਨ ਹੁੰਦੇ ਸੀ ਤੇ ਉਹ ਤੋਂ ਬਾਅਦ ਜਦੋਂ ਉਹ ਟਾਈਮ ਸਪੇਸ ਖਤਮ ਹੋਇਆ ਨਾ ਇੱਕ ਅੰਕਲ ਆਂਟੀ ਨੇ ਮੈਨੂੰ ਫੋਨ ਕੀਤਾ ਕਿ ਅਸੀਂ ਠੀਕ ਹੋ ਗਏ ਆ ਜਾਂ ਠੀਕ ਹੋਣ ਜਾ ਰਹੇ ਹਾਂ ਇੱਕ ਦੋ ਦਿਨਾਂ ਅਈ ਉਹ ਕਹਿੰਦੇ ਬਬਲਾ ਫਿਰ ਤੂੰ ਸਾਡਾ ਖਾਣਾ ਬੰਦ ਕਰ ਦੇਗਾ ਉਹ ਬੜੀ ਕਿੱਕ ਜੀ ਲਾਈਨ ਸੀਗੀ ਮੈਨੂੰ ਕਿ ਮੈਂ ਕਿ ਮੈਂ ਕਹਾਂ ਨਹੀਂ ਜੀ ਨਹੀਂ ਤੁਹਾਡਾ ਕਹਿੰਦੇ ਸਾਨੂੰ ਤੁਹਾਡਾ ਖਾਣਾ ਬਹੁਤ ਅੱਛਾ ਲੱਗਾ ਉਹਨਾਂ ਦੇ ਬੱਚੇ ਬ੍ਰਾਡ ਨੇ ਇੱਥੇ ਨਹੀਂ ਰਹਿੰਦੇ ਉਹਨਾਂ ਦੇ ਨਾਲ ਤੇ ਮੈਂ ਕਹਿੰਦੀ ਨਹੀਂ ਤੁਹਾਡਾ ਖਾਣਾ ਨਹੀਂ ਬਣ ਕਰਦੇ ਮੈਂ ਆਪਣੀ ਐਨਜੀਓ ਤੇ ਆਪਣੇ ਸਾਥੀਆਂ ਨਾਲ ਗੱਲ ਕੀਤੀ ਮੈਂ ਕਿਹਾ ਯਾਰ ਇਦਾਂ ਦਾ ਸਵਾਲ ਮੈਨੂੰ ਪਾਇਆ ਇਹਦਾ ਕੀ ਹੱਲ ਕਰੀ ਉਹ ਕਹਿੰਦੇ ਭਾਜੀ ਆਪਾਂ ਫੂਡ ਦੀ ਹੋਮ ਡਿਲੀਵਰੀ ਵੀ ਸਟਾਰਟ ਕਰਦੇ ਆ ਜਿਹੜੇ ਸਾਡੇ ਬਜ਼ੁਰਗ ਨੇ ਕਿਸੇ ਨਾ ਕਿਸੇ ਪ੍ਰੋਬਲਮ ਦੇ ਨਾਲ ਜਾਂ ਕੋਈ ਜ਼ਰੂਰੀ ਨਹੀਂ ਹੈ ਕਿ ਫਾਈਨੈਂਸ਼ੀਅਲ ਪ੍ਰੋਬਲਮ ਹੀ ਹੁੰਦੀ ਅੱਜ ਕੱਲ੍ਹ ਹੈਲਥ ਪ੍ਰੋਬਲਮ ਵੀ ਹੈ ਪਲੱਸ ਕਈ ਬਜ਼ੁਰਗ ਫਾਈਨੈਂਸ਼ਲੀ ਵੀ ਠੀਕ ਹੁੰਦੇ ਆ ਪਰ ਉਹ ਆਪਣੇ ਘਰੇ ਕੋਈ ਮੇਡ ਜਾਂ ਵਰਕਰ ਦੀ ਐਂਟਰੀ ਨਹੀਂ ਚਾਹੰਦੇ ਕਿ ਅਸੀਂ ਕੱਲੇ ਆ ਕਿ ਸਾਡੇ ਘਰ ਦੀ ਰੱਖੀ ਹੋ ਜੇਗੀ ਕੱਲ ਨੂੰ ਕੋਈ ਜਾਨਵਾਲ ਦਾ ਨੁਕਸਾਨ ਹੋ ਜਾਏਗਾ ਏਸ ਸਰ ਤ ਅਸੀਂ ਉਹਨੀਆਂ ਫੈਮਿਲੀਜ਼ ਨੂੰ ਆਪਣੇ ਵੱਲੋਂ ਵੀਡੈਂਟਿਫਾਈ ਕੀਤਾ ਹੁਣ ਕਰਨਾ ਕਿ ਟਾਈਮ ਜ਼ਿਆਦਾ ਹੋ ਗਿਆ ਵਲੰਟੀਅਰ ਨੈਟਵਰਕ ਵੱਡਾ ਵਾ ਤੇ ਲੋਕ ਸਾਡ ਨੂੰ ਅਪਰੋਚ ਕਰ ਲੈਂਦੇ ਨੇ ਫਰੂਜ਼ਪੁਰ ਕੈਂਟ ਤੇ ਬਸਤੀ ਡੰਕਾ ਵਾਲੀ ਇਹ ਏਰੀਆ ਤੇ ਅਸੀਂ ਹੋਮ ਡਿਲੀਵਰੀ ਦੰਦੇ ਆ ਉਹਨਾਂ ਨੂੰ ਫੂਡ ਦੀ ਦੋਨੋਂ ਟਾਈਮ ਉਹ ਫੂਡ ਲੰਗਰ ਨਹੀਂ ਹੁੰਦਾ ਉਹ ਜਿਵੇਂ ਆਪਣੇ ਘਰੇ ਬਦਲ ਬਦਲ ਕੇ ਸਬਜ਼ੀ ਬਣਦੀ ਉਹ ਉਦਾਂ ਮੰਨਦੀ ਹੈ ਤੇ ਉਹਨਾਂ ਦੇ ਘਰੇ ਅਸੀਂ ਡਿਲੀਵਰ ਕਰੀਦਾ ਤੇ ਉਸ ਤੋਂ ਬਾਅਦ ਅਸੀਂ ਸਿਟੀ ਸਾਈਡ ਵਾਲਿਆਂ ਨੂੰ ਅਪੀਲ ਇਹ ਕਰਦੇ ਆ ਕਿ ਵੀ ਉਹ ਲੈ ਜਾਓ ਫਿਰ ਲੋਕਾਂ ਨੇ ਟਿਫਨ ਲਗਾਏ ਹੋਏ ਉਹ ਸਾਡੇ ਕਿਚਨ ਜਾਂਦੇ ਵੀਕ ਦਿਮਰੱਖ ਜਾਂਦੇ ਤਾਂ ਆਪਣਾ ਟਿਫਨ ਲੈ ਜਾਂਦੇ ਐ ਇੱਦਾਂ ਹੀ ਇਹਦੇ ਨਾਲ ਅਸੀਂ ਹੋਰ ਵੀ ਕੋਈ ਗਊਸ਼ਾਲਾ ਦੇ ਵਿੱਚ ਵੀ ਅਸੀਂ ਸੰਡੇ ਮਾਰਨਿੰਗ ਜਾਂਦੇ ਆ ਬੇਸਹਾਰਾ ਗਊ ਵੰਸ਼ ਯੈਸ ਸਰ ਤੇ ਉਹਨਾਂ ਦੇ ਲਈ ਅਸੀਂ ਜਿਵੇਂ ਸਾਰੇ ਚਾਰੇ ਦਾ ਇੰਤਜ਼ਾਮ ਕਰਕੇ ਆਨੇ ਆ ਕਿ ਉਹਨਾਂ ਨੂੰ ਅਸੀਂ ਸੰਡੇ ਦੀ ਸੰਡੇ ਸੂਰੇ ਗਊਸ਼ਾਲਾ ਜਾਣੇ ਉੱਥੇ ਸੇਵਾ ਕਰਕੇ ਆਨੇ ਆ ਉਸ ਤੋਂ ਬਾਅਦ ਅਸੀਂ ਹੁਣ ਜਿਵੇਂ ਹੈਗਾ ਇਸ ਅਸੀਂ ਮਿਸ਼ਨ ਆਪਣਾ ਪ੍ਰੋਜੈਕਟ ਚਲਾਣੇ ਆ ਰਿਫਲੈਕਟਰਸ ਉਹਦੇ ਚ ਅਸੀਂ ਦੋ ਦਿਨ ਚੀਜ਼ਾਂ ਕਰਦੇ ਆ ਇੱਕ ਤਾਂ ਜਿਹੜੇ ਅੱਜ ਕੱਲ ਲੋਕ ਕਈ ਵਾਰੀ ਜਿਹੜੇ ਹੈਗੇ ਨੇ ਪ੍ਰਵਾਸੀ ਵੀ ਐ ਕੁਛ ਐ ਸਾਈਕਲਿਸਟ ਨੇ ਜਿਹੜੇ ਕਿ ਜ਼ਰੂਰਤ ਲਈ ਸਾਈਕਲ ਚਲਾਉਂਦੇ ਆਂ ਕਈ ਵਾਰ ਦੇਖਦੇ ਆਂ ਸਾਈਕਲ ਦੇ ਪਿੱਛੇ ਇੱਕ ਲਾਈਟ ਲੱਗੀ ਹੁੰਦੀ ਹੈ। ਤੇ ਕਈਆਂ ਦੀ ਲਾਈਟ ਟੁੱਟ ਜਾਂਦੀ ਉਹ ਤਵੱਜੂ ਨਹੀਂ ਦਿੰਦੇ। ਪਰ ਉਹਨਾਂ ਨੂੰ ਉਹਦੀ ਰਿਫਲੈਕਟਰ ਦੀ ਵੈਲਿਊ ਨਹੀਂ ਪਤਾ। ਕਿ ਉਹ ਉਹਨਾਂ ਦਾ ਨੁਕਸਾਨ ਦੇ ਸਕਦੇ ਕਿਉਂਕਿ ਸਾਡੇ ਇੱਥੇ ਸਟ੍ਰੀਟ ਲਾਈਟ ਇਸ਼ੂਜ਼ ਵੀ ਬਹੁਤ ਨੇ। ਕਿ ਕਈ ਥਾਵਾਂ ਤੇ ਰੋਡ ਦੇ ਉੱਤੇ ਲਾਈਟਸ ਵੀ ਨਹੀਂ ਹੁੰਦੀ ਰਾਤ ਨੂੰ ਉਹ ਲੇਟ ਜਾਂਦੇ ਨੇ ਹੁਣ ਅੱਜ ਕੱਲ ਦੀ ਮੈਂ ਗੱਲ ਕੀਤੀ ਹੈ ਕਿ ਵੀ ਦਿਹਾੜੀ ਲੇਟ ਤੱਕਨ ਲਾ ਕੇ ਨੇਰੇ ਤੇ ਜਾਂਦਾ ਤੇ ਪਿੱਛੋਂ ਹਿੱਟ ਕਰ ਸਕਦਾ। ਅਸੀਂ ਉਹਨਾਂ ਨੂੰ ਜਿਵੇਂ ਚਾਰਜੇਬਲ ਇਲੈਕਟ੍ਰਿਕ ਲਾਈਟਸ ਵੀ ਉਹਨਾਂ ਉਹ ਰਬੜ ਨਾ ਲੱਗ ਜਾਂਦੀ ਹੈ ਸਾਈਕਲ ਦੇ ਪਿੱਛੇ ਤੇ ਤੁਸੀਂ ਉਹ ਲਗਾ ਲਓ ਤੇ ਉਹਦੇ ਨਾਲ ਚਲਾਓ ਤੇ ਜਦੋਂ ਸਰਦੀਆਂ ਆਉਂਦੀਆਂ ਅਸੀਂ ਜਿਹੜੇ ਵੈਂਡਰਸ ਨੇ ਰੇੜੀਆਂ ਵਾਲੇ ਜਿਹੜੇ ਕਿ ਹਾਈਵੇ ਤੇ ਥ੍ਰੈਟਨਿੰਗ ਏਰੀਆਜ਼ 'ਚ ਰੀਜੇ ਲਗਾਉਂਦੇ ਨੇ ਜਾਂ ਕੁਝ ਦੁੱਧ ਦੇ ਪਿੰਡਾਂ ਤੋਂ ਲੈ ਕੇ ਆ ਰਹੇ ਸੀ ਰਿਫਲੈਕਟਰ ਜੈਕਟਸ ਵੀ ਉਹਨਾਂ ਨੂੰ ਪ੍ਰੋਵਾਈਡ ਕਰਾਣੇ ਆ ਜਿਵੇਂ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਵੈਂਡਰਸ ਨੇ ਕੋਈ ਮੂਫਲੀ ਵੇਚਣਾ ਲਾ ਜਾਂ ਕੁਝ ਹੈ ਕੋਈ ਦੁੱਧ ਵਾਲਾ ਕਿ ਅਸੀਂ ਟ੍ਰੈਫਿਕ ਪੁਲਿਸ ਦਾ ਸਾਥ ਲੈ ਕੇ ਉਹਨਾਂ ਨੂੰ ਰੋਕ ਕੇ ਅਸੀਂ ਉਹਨਾਂ ਨੂੰ ਰਿਫਲੈਕਟਰ ਜੈਕਟਸ ਦੰਨੇ ਆ ਤੇ ਉਹਨਾਂ ਨੂੰ ਗਾਈਡ ਵੀ ਕਰਦੇ ਆ ਕਿ ਵੀ ਤੁਸੀਂ अपना ध्यान रखो ਤੁਹਾਡੀ ਲਾਈਫ ਤੁਹਾਡੇ ਪਰਿਵਾਰ ਦੇ ਲਈ ਬਹੁਤ ਹੀ ਇੰਪੋਰਟੈਂਟ ਹੈ ਫਿਰ ਜਿਵੇਂ ਗਰਮੀ ਹੁੰਦੀ ਹੈ ਅਸੀਂ ਇੱਕ ਪ੍ਰੋਜੈਕਟ ਛਾਇਆ ਕਰਦੇ ਹਾਂ ਜੀ ਉਹਦੇ ਚ ਅਸੀਂ ਅੰਬ੍ਰੇਲਾਸ ਪ੍ਰੋਵਾਈਡ ਕਰਾਉਨੇ ਆ ਵੈਂਡਰਸ ਨੂੰ ਹਰ ਜਗ੍ਹਾ ਤੇ ਕੋਈ ਆ ਪੇੜਾਂ ਵਾਲਾ ਇਸ਼ੂ ਬਹੁਤ ਜ਼ਿਆਦਾ ਉਹ ਮੰਨ ਲਓ ਕੋਈ ਰੇੜੀ ਲੈ ਕੇ ਖੜਾ ਹੈ ਤਾਂ ਉਹਨੂੰ ਉੱਤੋਂ ਇੰਨੀ ਧੁੱਪ ਪੈ ਰਹੀ ਹੈ ਉਹ ਦੇਖ ਰਹੇ ਉਹਨੇ ਵਿਚਾਰਾ ਪਸੀਨਾ ਪਸੀਨਾ ਹੋਇਆ ਫਿਰ ਅਸੀਂ ਉਹਨਾਂ ਨੂੰ ਅੰਬ੍ਰੇਲਾ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਸ ਨਾਲ ਲੋਕਾਂ ਦੇ ਮੋਤੇ ਮੁਸਕਾਨ ਆ ਜਾਂਦੀ ਹੈ ਸਰ ਬਹੁਤ ਵਧੀਆ ਲੱਗਿਆ ਸੁਣ ਕੇ ਕਿ ਤੁਹਾਡੀ ਇਹ ਸੇਵਾ ਸਿਰਫ ਲੰਗਰ ਤੱਕ ਸੀਮਿਤ ਨਹੀਂ ਹੈ ਹੋਰ ਵੀ ਕਈ ਖੇਤਰਾਂ ਦੇ ਵਿੱਚ ਲੋਕਾਂ ਦੀ ਮਦਦ ਕਰ ਰਹੀ ਹੈ ਥੈਂਕ ਯੂ ਸਰ ਥੈਂਕ ਯੂ ਸਰ ਜਿੱਦੋਂ ਤੁਸੀਂ ਸਾਰਾ ਦੱਸ ਰਹੇ ਸੀ ਮੇਰੇ ਮਨ 'ਚ ਇੱਕ ਸਵਾਲ ਆਇਆ ਕਿ ਲੰਗਰ ਤੋਂ ਇਲਾਵਾ ਜਿਹੜੇ ਜਿੰਨੇ ਵੀ ਪ੍ਰੋਜੈਕਟ ਨੇ ਇਹਨਾਂ ਵਾਸਤੇ ਫਾਈਨੈਂਸ਼ੀਅਲ ਰਿਸੋਰਸਸ ਕੀ ਨੇ ਇਹਨਾਂ ਲਈ ਕੰਟਰੀਬਿਊਸ਼ਨ ਕਿੱਥੋਂ ਆਂਦਾ ਹੈ ਬਹੁਤ ਅੱਛਾ ਸਵਾਲ ਹੈ ਜੀ ਇਹ ਫਰੂਜ਼ਪੁਰ ਫਾਊਂਡੇਸ਼ਨ ਹੈ ਤੇ ਫਰੂਜ਼ਪੁਰ ਦੇ ਪੈਸੇ ਨਾਲ ਹੀ ਚੱਲਦੀ ਹੈ ਯੈਸ ਸਰ ਇਹਦੇ 'ਚ ਕੀ ਹੈ ਕਿ ਵੀ ਤੁਸੀਂ ਸਾਡੇ ਜਿਹੜੇ ਮੈਂਬਰਸ ਨੇ ਜਿਹੜੇ ਸਾਡੇ ਵਲੰਟੀਅਰਸ ਨੇ ਕੁਝ ਤਾਂ ਉਹ ਮੰਥਲੀ ਸੇਵਾ ਦਿੰਦੇ ਨੇ ਜੋ ਜਿੰਨਾ ਦੇ ਸਕਦਾ ਹੈ ਕਈ ਜਾਨੇ ਉਹਨੂੰ ਫਾਈਨੈਂਸ਼ੀਅਲ ਕੈਸ਼ ਦੀ ਸ਼ੇਪ ਚ ਦਿੰਦੇ ਆ ਕੈਸ਼ ਨਹੀਂ ਮਤਲਬ ਅਸੀਂ ਜ਼ਿਆਦਾਤਰ ਅਸੀਂ ਆਪਣੀ ਐਨਜੀਓ ਨੂੰ ਹੌਲੀ ਹੌਲੀ 90 95% ਅਸੀਂ ਪੇਪਰਲੈਸ ਕਰ ਚੁੱਕੇ ਹਾਂ ਕਿ ਅਸੀਂ ਵੀ ਡੋਨਟ ਰੀਸੀਵ ਕੈਸ਼ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਸਾਨੂੰ ਅਕਾਊਂਟ 'ਚ ਹੀ ਪੇਮੈਂਟ ਦਿਓ ਫਿਰ ਕਈ ਜਾਨੇ ਅੱਛਾ ਮਹਿਸੂਸ ਕਰਦੇ ਆ ਸਾਨੂੰ ਰਾਸ਼ਨ ਦੇ ਕੇ ਜਾਂ ਕੁਝ ਚੀਜ਼ ਦੇ ਕੇ ਤੇ ਫਿਰ ਉਹ ਸਾਨੂੰ ਸਿੱਧਾ ਰਾਸ਼ਨ ਦੇ ਦਿੰਦੇ ਆ ਜਿਵੇਂ ਹੋਰ ਕੀ ਹੈ ਜਿਵੇਂ ਤੁਸੀਂ ਲੋਕ ਬੱਚੇ ਹੋ ਤੁਹਾਡਾ ਬਰਥਡੇ ਹੈ ਤੁਹਾਡੀ ਫੈਮਲੀ ਦਾ ਬਰਥਡੇ ਹੈ ਵੱਡਿਆਂ ਦੀ ਕਈਆਂ ਦੀ ਬਜ਼ੁਰਗਾਂ ਅਨਿਵਰਸਰੀ ਹੁੰਦੀ ਹੈ ਤੇ ਉਹਦੇ ਚ ਵੀ ਲੋਕ ਆ ਕੇ ਗਾਇ ਬਗਾਏ ਸਾਨੂੰ ਸਪੋਰਟ ਕਰ ਜਾਂਦੇ ਨਾਲ ਉਹਨੂੰ ਡਿਸਟ੍ਰੀਬਿਊਟ ਕਰ ਜਾਂਦੇ ਲੰਗਰ ਨੂੰ ਤੇ ਨਾਲ ਉਹ ਕੁਛ ਨਾ ਕੁਛ ਫਾਈਨੈਂਸ਼ੀਅਲ ਸਪੋਰਟ ਕਰ ਦਿੰਦੇ ਬੜੀ ਈਸ਼ਵਰ ਦੀ ਕਿਰਪਾ ਬਾਬੇ ਨਾਨਕ ਦੀ ਬੜੀ ਕਿਰਪਾ ਤੇ ਬਸ ਉਹਨਾਂ ਦੀ ਕਿਰਪਾ ਦੇ ਨਾਲ ਇਹ ਸਭ ਕੁਝ ਚੱਲੀ ਜਾ ਰਿਹਾ ਸ਼ਿਲੇਂਦਰ ਕੁਮਾਰ ਲੋੜਈਆ ਜੀ ਦੀਆਂ ਗੱਲਾਂ ਸੁਣਨ ਤੋਂ ਬਾਅਦ ਮੈਨੂੰ ਇੱਕ ਛੇੜ ਯਾਦ ਆ ਰਿਹਾ ਹੈ ਕਿ ਕੌਣ ਕਹਤਾ ਹੈ ਕਿ ਆਸਮਾਨ ਮੇਂ ਛੇਦ ਨਹੀਂ ਹੋ ਸਕਤਾ ਕੌਣ ਕਹਤਾ ਹੈ ਕਿ ਆਸਮਾਨ ਮੇਂ ਛੇਦ ਹੋ ਨਹੀਂ ਸਕਤਾ ਇੱਕ ਪੱਥਰ ਤੋ ਤਬੀਅਤ ਸੇ ਉਚਾਲੋ ਯਾਰੋ ਤੋ ਸ਼ਿਲੇਂਦਰ ਜੀ ਨੇ ਜਿਹੜਾ ਕੰਮ ਫਿਰੋਜ਼ਪੁਰ ਦੇ ਲਈ ਸ਼ੁਰੂ ਕੀਤਾ ਇੱਕ ਬਹੁਤ ਵੱਡੀ ਮੁਹਿੰਮ ਬਣ ਗਿਆ ਪਿਛਲੇ 3-4 ਸਾਲਾਂ ਤੋਂ ਲਗਾਤਾਰ ਲੋਕਾਂ ਦੀ ਸੇਵਾ ਵਿੱਚ ਇਹ ਸੁਸਾਇਟੀ ਬਹੁਤ ਵੱਡਾ ਯੋਗਦਾਨ ਪਾ ਰਹੀ ਹੈ ਸ਼ਿਲੇਂਦਰ ਜੀ ਮੈਂ ਚਾਹੁੰਨਾ ਹੈ ਕਿ ਤੁਸੀਂ ਆਪਣਾ ਨੰਬਰ ਲੋਕਾਂ ਦੇ ਨਾਲ ਸਾਂਝਾ ਕਰੋ ਤਾਂ ਕਿ ਉਸ ਨੰਬਰ ਦੁਆਰਾ ਤੁਹਾਨੂੰ ਲੋਕ ਮਿਲ ਸਕਣ ਅਪਰੋਚ ਕਰਨ ਤੇ ਇਸ ਸਮਾਜ ਸੇਵੀ ਕੰਮ ਦੇ ਵਿੱਚ ਆਪਣਾ ਯੋਗਦਾਨ ਪਾ ਸਕਣ ਸਰ ਸਾਡਾ ਨੰਬਰ ਹੈ 987600410098764100 ਤੇ ਤੁਸੀਂ ਇਸ ਨੰਬਰ ਦੇ ਉੱਤੇ ਸ਼ਲੇਂਦਰ ਕੁਮਾਰ ਲੜੋਇਆ ਜੀ ਨੂੰ ਕੰਟੈਕਟ ਕਰ ਸਕਦੇ ਹੋ ਤੇ ਇਸ ਨੇਕ ਕੰਮ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ ਧੰਨਵਾਦ ਸਰ नगी गीत नगी 보이 दे तुम भी alegre नगी 보이 महक बसेगी सांसों में चमकाएगी आँखों में इश्क दरका लग जाएगा पुनर का दीपक जग जाएगा हर पल नई कहानी ये रेडियो वाणी धुन हो नई पुरानी ये रेडियो वाणी शहर का अपना रेडियो स्टेशन यहीं है आपके एंटरटेनमेंट का पूरा इंतजाम सुबह चार बजे से रात दस बजे तक ट्यून इन कीजिए और जुड़े रहिए हमारे साथ हर पल वी डब्ल्यू एस पॉइंट एट एफ एम रेडियो इट्स स्पाइसी